ਆਰਪੀ 1250 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:14 ਹੋਏ ਨੇ, 13 ਜੂਨ ਦਾ ਦਿਨ ਹੈ, ਵੇਲੇ 2019 ਦਾ ਵੀਰਵਾਰ ਹੈ, 30 ਜੇਠ ਨਾਨਕ ਸਮਤ 551 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੇ ਸੰਗੀਤ ਸੋਧ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਬਹੁਤ ਵਾਰ ਮੈਂ ਕਹਿਣਾ ਕਿ ਜ਼ਿੰਦਗੀ ਦੇ ਵਿੱਚ ਇੰਨੀ ਅਨਸਰਟਨਟੀ ਹੋ ਗਈ ਕਿ ਪਤਾ ਹੀ ਨਹੀਂ ਕਦ ਕੀ ਹੋ ਜਾਣ। ਸੁਨੇਹਾਂ ਦੇ ਤੁਸੀਂ ਪ੍ਰੋਗਰਾਮ ਮੈਂ ਬੈਠਾ ਤਿਆਰ ਕਰਦਾ ਹੁੰਦਾ ਕਿ ਤੁਹਾਡੇ ਸਾਹਮਣੇ ਕੀ ਕਰਨਾ, ਤੇ 20 ਮਿੰਟ ਪਹਿਲਾਂ, ਅੱਧੇ ਘੰਟਾ ਪਹਿਲਾਂ ਖਬਰ ਆਈ ਡੈਲਟਾ ਪੋਰਟ ਤੋਂ ਕਿ ਇੱਕ ਬਹੁਤ ਭਿਆਨਕ ਹਾਦਸਾ ਵਾਪਰਿਆ। ਸਿੱਧੇ ਟਰੱਕ ਇੱਕ ਦੂਜੇ ਚ ਲੱਗੇ ਤੇ ਟਰੱਕ ਨੂੰ ਅੱਗ ਲੱਗ ਗਈ, ਇੱਕ ਸਾਡਾ ਮੁੰਡਾ ਉਹਦੇ ਵਿੱਚ ਮਾਰਿਆ ਗਿਆ। ਤੇ ਉਸੇ ਸਮੇਂ ਨੇੜੇ ਜਿੰਨੇ ਵੀ ਵੀਰ ਸੀ ਉੱਥੇ ਕੰਮ ਕਰਦੇ, ਲਾਲੀ ਨਰਵਾਲ ਹੋਣੀ ਤੇ ਹੋਰ ਮਿੱਤਰ ਪਿਆਰੇ, ਉਹਨਾਂ ਨੇ ਦੱਸਿਆ ਕਿ ਬਹੁਤ ਭਿਆਨਕ ਸੀ, ਕਈ ਡਿਪਰੈਸ਼ਨ ਚ, ਕੋਈ ਸਟ੍ਰੈਸ ਚ ਚਲੇ ਗਏ, ਬਹੁਤ ਤਣਾਅ ਸੀ, ਮੁੰਡਾ ਆਵਾਜ਼ਾਂ ਮਾਰਦਾ ਰਿਹਾ, ਕੱਢ ਨਾ ਸਕੇ। ਇਸ ਦੀ ਗੱਲਬਾਤ ਕਰਦਾ ਅਗਲੇ ਹਿੱਸੇ ਦੇ ਵਿੱਚ, ਤੇ ਨਾਲ ਹੀ ਅੱਜ ਖੁੱਲੀ ਵਿਚਾਰ ਚਰਚਾ ਤੁਹਾਡੇ ਸਨਮੁੱਖ ਕਰਨੀ ਹੈ ਕਿ ਕਿਹੜੇ ਕਾਰਨ ਨੇ ਕਿ ਕੈਨੇਡਾ ਦੀਆਂ ਅਦਾਲਤਾਂ ਦੇ ਵਿੱਚੋਂ ਜਿਨ੍ਹਾਂ ਤੇ ਕੇਸ ਚੱਲਦੇ ਸੀ ਉਹ ਬਰੀ ਹੋ ਰਹੇ ਨੇ। ਪੂਨੀ ਪਰਿਵਾਰ ਦੀ ਗੱਲ ਤੁਹਾਨੂੰ ਸੁਣਾਈ ਸੀ ਨਾ ਮੈਂ, ਇੱਕ ਜੀਤੀ ਪੂਨੀ ਤੇ ਉਹਨਾਂ ਦੀਆਂ ਭੈਣਾਂ ਦੇ ਨਾਲ ਦੁਰਵਿਹਾਰ ਹੁੰਦਾ ਰਿਹਾ, ਉਹਨਾਂ ਦਾ ਫਸਟ ਕਜ਼ਨ ਇਹ ਕੁਛ ਕਰਦਾ ਰਿਹਾ, ਉਹਦਾ ਕੇਸ ਜਿਹੜਾ ਅਦਾਲਤ ਨੇ ਚੱਕ ਕੇ ਬਾਹਰ ਮਾਰਿਆ, ਕਹਿੰਦੇ ਇਹਨੂੰ ਸਮਾਂ ਬਹੁਤ ਹੋ ਗਿਆ। ਇੱਕ ਨਹੀਂ ਬਹੁਤ ਕੇਸ ਨੇ, ਇਸ ਤੇ ਗੱਲਬਾਤ ਕਰਾਂਗਾ 1 ਤੋਂ 12 ਤੋਂ 1 ਤੱਕ। 1 ਵਜੇ ਤੱਕ ਹੀ ਅੱਜ ਦਾ ਪ੍ਰੋਗਰਾਮ ਹੈ, 1 ਤੋਂ ਬਾਅਦ ਲਾਈਵ ਔਨ ਲੋਕੇਸ਼ਨ ਹੈ। ਤੇ ਕੱਲ੍ਹ ਦਾ ਵੀ ਮੈਂ ਦੱਸ ਦਵਾਂ, ਹਰ ਸਾਲ ਉੱਪਰ ਬਿਲਡਿੰਗ ਸਪਲਾਈ ਜਿਹੜਾ ਸਾਡਾ ਵੱਡਾ ਸਟੋਰ ਹੈ 128 ਤੇ ਆਲਮੋਸਟ 78 ਤੇ, ਉੱਥੇ ਲਾਈਵ ਔਨ ਲੋਕੇਸ਼ਨ 1 ਸ਼ੁੱਕਰਵਾਰ ਹੁੰਦੀ ਹੈ, ਪਿਛਲੇ ਸਾਲ ਵੀ ਹੋਈ ਸੀ। ਕੱਲ੍ਹ ਦੇ 3 ਘੰਟੇ ਦਾ ਪ੍ਰੋਗਰਾਮ 11 ਤੋਂ 2 ਵਜੇ ਤੱਕ ਉੱਪਰ ਬਿਲਡਿੰਗ ਸਪਲਾਈ ਤੋਂ ਤੁਹਾਡੇ ਮੈਂ ਸਨਮੁੱਖ ਹੋਵਾਂਗਾ। ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਣਗੇ ਜਿਵੇਂ ਆਮ ਰੋਜ਼ਮਰਾ ਚੱਲਦੇ ਨੇ, ਉਹਨਾਂ ਦੀ ਵੀ ਗੱਲ ਨਾਲ ਨਾਲ ਮੈਂ ਕਰਦੇ ਰਹਿਣਾ ਕਿ ਉਹ ਕੀ ਕਰਦੇ ਆ, ਤੇ ਨਾਲ ਨਾਲ ਖਬਰਾਂ ਦੇ ਨਾਲ ਨਾਲ ਕੋਈ ਗੱਲਬਾਤ ਵੀ ਤੁਹਾਡੇ ਨਾਲ ਤੋਰਾਂਗੇ। ਮੇਰਾ ਪਿੰਡ ਮੇਰੇ ਖੇਤ ਦੀ ਵੀ ਕੋਈ ਗੱਲਬਾਤ ਨਾਲ ਨਾਲ ਚੱਲਦੀ ਰਹੇਗੀ। 1-844-247-1550 1-844-247-1550 1-844-247-1550। ਪਹਿਲੇ ਹਿੱਸੇ ਚ 11:25 ਤੇ ਸਰਦਾਰ ਬਲਵੰਤ ਸਿੰਘ ਸੰਘੇੜਾ ਆਉਣਗੇ। ਪੰਜਾਬੀ ਬਹੁਤ ਔਖੀ ਲਾਗੂ ਕਰਾਈ ਸਰੀ ਦੇ ਸਕੂਲਾਂ ਚ, ਪਰ ਮਾਪੇ ਜਵਾਕਾਂ ਨੂੰ ਪੰਜਾਬੀ ਚ ਦਾਖਲ ਨਹੀਂ ਕਰਾ ਰਹੇ, ਤਾਂ ਉਹ ਪ੍ਰੋਗਰਾਮ ਜਿਹੜੇ ਨੇ ਕੁਛ ਐਲੀਮੈਂਟਰੀ ਸਕੂਲਾਂ ਚ ਉਹਨਾਂ ਨੇ ਬੰਦ ਕਰ ਦੇਣੇ ਨੇ। ਸਮਝ ਨਹੀਂ ਆਉਂਦੀ ਅਸੀਂ ਕਿੱਧਰ ਨੂੰ ਤੁਰੇ ਹੋਇਆ, ਮਾਂ ਬੋਲੀ ਨੂੰ ਜੇ ਛੱਡ ਦੇਵਾਂਗੇ ਕਿੱਧਰ ਨੂੰ ਜਾਵਾਂਗੇ ਅਸੀਂ। ਸਾਡਾ ਸਾਰਾ ਕੁਝ ਹੀ ਇਸ ਮਾਂ ਬੋਲੀ ਦੇ ਵਿੱਚ ਹੈ। ਜੇ ਤੁਸੀਂ ਧਾਰਮਿਕ ਹੋ ਤਾਂ ਸਾਡਾ ਗੁਰੂ ਗ੍ਰੰਥ ਹੈ ਜਿਹੜਾ ਇਸ ਬੋਲੀ ਚ ਹੈ, ਸਾਡੀ ਭਾਸ਼ਾ ਇਹ ਹੈ। ਹੋਰ ਕੋਈ ਕੌਮ ਮੈਂ ਨਹੀਂ ਵੇਖੀ ਜਿਹੜੀ ਮਾਂ ਬੋਲੀ ਤੋਂ ਪਰਾਂ ਹਟੇ। ਚਾਈਨੀਜ਼ ਲੋਕਾਂ ਨੂੰ ਬੋਲਦੇ ਵੇਖਿਓ ਇੱਥੇ, ਜਾਂ ਪਰ ਜਵਾਕ ਕਦੇ ਅੰਗਰੇਜ਼ੀ ਚ ਗੱਲ ਨਹੀਂ ਚੱਲ, ਫਿਲਪੀਨੋ ਜਵਾਕ ਸਕੂਲ ਚ ਪੜ੍ਹਦੇ ਆ ਬੱਚਿਆਂ ਦੇ ਨਾਲ, ਕਦੇ ਨੀ ਉਹਨਾਂ ਨੂੰ ਮੈਂ ਸੁਣਿਆ ਇੰਗਲਿਸ਼ ਬੋਲਦੇ ਜਦ ਉਹ ਬੋਲਦੇ ਆ। ਸਾਨੂੰ ਪਤਾ ਨੀ ਕੀ ਬਿਮਾਰੀ, ਸਾਡੀ ਕੀ ਗੁਲਾਮੀ ਸਾਡੇ ਸਿਰ ਤੇ ਚੜ ਗਈ, ਅਸੀਂ ਇਸ ਮਾਂ ਬੋਲੀ ਨੂੰ ਛੱਡਣਾ ਚਾਹੁੰਦੇ ਹਾਂ। ਘਰ ਦੇ ਵਿੱਚ ਸ਼ਬਦ ਨੀ ਪੰਜਾਬੀ ਦਾ ਬੋਲਦੇ, ਤੇ ਅੰਗਰੇਜ਼ੀ ਦਾ ਤਾਂ ਖੁਰ ਵੱਢ ਕਰਨੀ ਹੈ, ਬੜਾਂਗਾ ਕਰਨਾ, ਖੱਬਿਓ ਸੱਜਿਓ ਜਿੱਧਰ ਮਰਜ਼ੀ ਹੋ ਜਾਵੇ ਅੰਗਰੇਜ਼ੀ ਯਾ ਕਰਨੋਂ ਨੀ ਹਟਣਾ, ਪਰ ਘਰੇ ਪੰਜਾਬੀ ਬੋਲਣੀ ਛੱਡਦੀ। ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁੜ ਜਾਓਗੇ, ਯਾਦ ਰੱਖਿਓ। ਜਾਤ ਪਾਤ ਨੂੰ ਨਾ ਮੰਨਾ, ਉੱਚ ਨੀਚ ਨੂੰ ਨਾ ਜਾਣਾ, ਦੋਹਾਂ ਵਕਤਾਂ ਚ ਦੇਵੀ ਬਸ ਹੱਕ ਦਾ ਹੀ ਖਾਣਾ, ਦੋਹਾਂ ਵਕਤਾਂ ਚ ਦੇਵੀ ਬਸ ਹੱਕ ਦਾ ਹੀ ਖਾਣਾ। ਇਸ ਜੱਗ ਦੀਆਂ ਪੈੜੀਆਂ ਅਲਾਮਤਾਂ ਤੋਂ ਡੱਕੀ, ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋ ਕਰ ਰੱਖੀ, ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋ ਕਰ ਰੱਖੀ। ਕੌਮ ਤੇ ਸਿੱਧਾ ਪ੍ਰਸਾਰਣ ਕਰ ਰਿਹਾ ਜਿੱਥੇ ਵੀ ਦੁਨੀਆਂ ਚ ਬੈਠੇ ਹੋ, ਪ੍ਰੋਗਰਾਮ ਰਹਿ ਜਾਏ ਤਾਂ ਯੂਟਿਊਬ ਤੇ ਪਾਇਆ ਹੁੰਦਾ ਲੋਕ ਸੱਥ LOKSAWTH।
ਦਫ਼ਤਰ ਨੰਬਰ 604-440-6462 ਹੈ, ਨਿੰਮੀ ਡੌਲਾ ਜੀ ਦਾ ਨੰਬਰ ਹੈ, info@krpradio.com ਦਫ਼ਤਰ ਦਾ, ਦਫ਼ਤਰ ਦੀ ਈਮੇਲ ਹੈ। ਮੇਰਾ ਫੇਸਬੁੱਕ ਦਾ ਅਕਾਊਂਟ ਹਰਜੀਤ ਸਿੰਘ ਗਿੱਲ HARJIT ਸਿੰਘ ਗਿੱਲ 604-729-1224 ਤੁਹਾਡੇ ਟੈਕਸ ਤੇ ਵਟਸਐਪ ਦੇ ਲਈ, ਹਰਜੀਤ .G HARJIT.G ਗਿੱਲ ਵਾਲੀ @krpiradio.com ਈਮੇਲ। ਲੇਖਾਂ ਦੇ ਨਕਸ਼ਿਆਂ ਤੇ ਪੌਣਾ ਦਾ ਹੈ ਚੰਡੋਆ, ਬੜਾ ਲਾ ਮਿਸਾਲ ਹੁੰਦਾ ਫੁੱਲਾਂ ਦਾ ਵੀ ਨੜੋਆ, ਸਾਹਾਂ ਚ ਮੌਤ ਰਹਿੰਦੇ ਰੂਹ ਦਾ ਸ਼ਿੰਗਾਰ ਬਣ ਕੇ, ਉਹਦੀ ਗਲੀ ਦਾ ਚਾਨਣ ਮੇਰੇ ਹੌਸਲੇ ਚ ਛਣਕੇ, ਅੰਬਰ ਰੋਟ ਗਿਆ ਹੈ ਕੋਈ ਜੀਵ ਦਲਦਲਾਂ ਦਾ, ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ, ਤੇਗਾਂ ਚ ਢਲ ਗਈ ਤੇਰੇ ਕੌਤਕਾਂ ਦੀ ਚਾਦਰੀ, ਖਾਬਾਂ ਤੋਂ ਉੱਚੀ ਹੋ ਗਈ ਹੁਣ ਇਸ਼ਕ ਦੀ ਪਰਾਂਦੀ, ਇੱਕੋ ਡਲੀ ਦੀ ਖਾਤਰ ਧਰਤੀ ਲੁਟਾ ਸਕਦੇ ਹਾਂ, ਸਿਰ ਵੀ ਕਟਾ ਸਕਦੇ ਹਾਂ, ਖੱਲ ਵੀ ਲੁਹਾ ਸਕਦੇ ਹਾਂ, ਨਦੀਆਂ ਨੂੰ ਵੀ ਆ ਸਕਦਾ ਸੁਪਨਾ ਕਿਸੇ ਤਲਾ ਦਾ, ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ, ਜਦੋਂ ਰੁਮਕਿਆਂ ਦੀ ਲਿਪੀ ਕਰਦੀ ਹਲਾਕ ਅੱਖਾਂ, ਉਦੋਂ ਚਾਨਣਾਂ ਦੇ ਚਿੰਤੇ ਇਕਸਾਰ ਬੱਜਦੇ ਲੱਖਾਂ, ਸਮਿਆਂ ਦੀ ਪੌੜੀ ਚੜ ਕੇ ਭਟਕਣ ਹਸੀਨ ਹੋ ਗਈ, ਗਿੱਧੇ ਚ ਵੜ ਗਈ ਤਾਜ਼ੀ ਤਰੀਨ ਹੋ ਗਈ, ਬਣੀ ਧੂੜ ਬੇਲਿਆਂ ਦੀ ਆਧਾਰ ਤਕਸ਼ਿਲਾ ਦਾ, ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ, ਮੇਰੇ ਪੋਟਿਆਂ ਚ ਤਪਿਆ ਇਹ ਕਿਸ ਤਰ੍ਹਾਂ ਦਾ ਤਾਂਬਾ, ਮੈਨੂੰ ਵਾਰ ਵਾਰ ਸੁਣਦਾ ਡੂੰਘੇ ਬਣਾ ਦਾ ਕਾਂਬਾ, ਰੋਹੀ ਦਾ ਰੰਗ ਮੈਨੂੰ ਮੇਰੇ ਹਾਲ ਵਰਗਾ ਲੱਗਦਾ, ਅੰਬਰ ਪੈਗੰਬਰਾਂ ਨੂੰ ਇੱਕ ਥਾਲ ਵਰਗਾ ਲੱਗਦਾ, ਗੀਤਾ ਚ ਮੜਿਆ ਜਾਂਦਾ ਜਦ ਸੁਣ ਕੋਈ ਖਲਾ ਦਾ, ਇਹ ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ, ਧੁੱਪਾਂ ਦਾ ਟੂਮ ਛੱਲਾ ਕਵਿਤਾ ਚ ਬੋਲਦਾ ਹੈ, ਅੱਠ ਗਈ ਜਵਾਨ ਤੇ ਪਾਣੀ ਵੀ ਡੋਲਦਾ ਹੈ, ਮੁਖੜਾ ਪਪੀਸੀਆਂ ਦਾ ਨਾਗਾਂ ਦੇ ਫਨ ਖਿਲਾਰੇ, ਜਿਸਦਾ ਆਕਾਰ ਹੈ ਨੀ ਸਭ ਉਸ ਦੇ ਆਕਾਰੇ, ਲੋਕਾਂ ਨੇ ਕਦ ਸਮਝਣਾ ਰੱਬ ਨਾਮ ਕਿਸ ਬਲਾ ਦਾ, ਰੱਬ ਨਾਮ ਕਿਸ ਬਲਾ ਦਾ, ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ, ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ। ਹਰਮਨਜੀਤ ਲਿਖਦਾ ਸੁੱਖ ਰੱਖੀਂਦਾ ਤਿਆ, ਸਾਰਿਆਂ ਦਾ ਇੱਕ ਵਾਰ ਫੇਰ ਹਾਰਦਿਕ ਧੰਨਵਾਦ ਹੈ ਜੀ, ਜਿਸ ਤਰ੍ਹਾਂ ਮੈਂ ਦੱਸਿਆ ਵੀ ਸ੍ਰੀ ਬਲਵੰਤ ਸਿੰਘ ਸੰਘੇੜਾ ਮੇਰੇ ਨਾਲ ਨੇ, ਮਾਂ ਬੋਲੀ ਲਈ ਪੰਜਾਬੀ ਦੇ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ, ਸਦਾ ਹੀ ਕਰਦੇ ਆ, ਤੇ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਭਾਈਚਾਰੇ ਦੇ ਨਾਲ, ਭਾਈਚਾਰੇ ਦੇ ਕੰਮਾਂ ਚ ਸਦਾ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ। ਸਰੀ ਦੇ ਦੋ ਐਲੀਮੈਂਟਰੀ ਸਕੂਲਾਂ ਚ ਪਿਛਲੇ ਸਾਲ ਪੰਜਾਬੀ ਲਾਗੂ ਹੋਈ ਸੀ, ਪਰ ਇਸ ਵਾਰ ਕਿਉਂਕਿ ਐਨਰੋਲ ਨਹੀਂ ਕਰ ਰਹੇ ਮਾਪੇ ਇਸ ਮਾਂ ਬੋਲੀ ਤੋਂ ਪਿੱਠ ਕਰ ਰਹੇ ਨੇ, ਤਾਂ ਹੋ ਸਕਦਾ ਉਹ ਸਕੂਲਾਂ ਦੇ ਵਿੱਚ ਪੰਜਾਬੀ ਜਿਹੜੀ ਲਾਗੂ ਕਰਾਈ ਸੀ ਉਹ ਬੰਦ ਹੋ ਜਾਵੇ, ਉਸਦੇ ਬਾਰੇ ਉਹ ਜਾਣਕਾਰੀ ਦੇਣ ਤੇ ਬੇਨਤੀ ਕਰਨ ਆਏ ਨੇ। ਸੁਜੇੜਾ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਤੁਸੀਂ ਹਰ ਵੇਲੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ, ਬਹੁਤ ਧੰਨਵਾਦ ਤੁਹਾਡਾ। ਤੇ ਸਰੀ ਸਾਡੇ ਲਈ ਇੱਕ ਬਹੁਤ ਚੰਗਾ ਮਾਡਲ ਆ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਪਲੀ ਲਈ, ਔਰ ਕਿਸੇ ਕਲਾਸ ਲਈ ਗਿੱਲ ਸਾਹਿਬ 25 ਸਟੂਡੈਂਟ ਚਾਹੀਦੇ ਆ, ਤੇ ਪਿਛਲੇ ਸਾਲ ਅਸੀਂ ਬੜੀ ਹਿੰਮਤ ਕੀਤੀ, ਉਹਦੇ ਨਾਲ ਦੋ ਹੋਰ ਐਲੀਮੈਂਟਰੀ ਸਕੂਲ ਅਸੀਂ ਐਡ ਕਰਤੇ ਸੀਗੇ ਸਰੀ ਚ, ਚਿਮਨੀ ਹਿੱਲ ਐਲੀਮੈਂਟਰੀ ਸਕੂਲ ਤੇ ਟੀ ਈਸਟ ਕੋਟ ਐਲੀਮੈਂਟਰੀ ਸਕੂਲ। ਸੋ ਇਸ ਵੇਲੇ ਸਰੀ ਵਿੱਚ 8 ਹਾਈ ਸਕੂਲ ਜਿੱਥੇ ਪੰਜਾਬੀ ਚੱਲ ਰਹੀ ਹੈ ਪੰਜਾਬੀ ਕਲਾਸਾਂ, ਤੇ 6 ਹਾਈ ਸਕੂਲ 6 ਐਲੀਮੈਂਟਰੀ ਸਕੂਲ ਆ। ਬੜੀ ਦੁੱਖ ਦੀ ਗੱਲ ਹੈ ਕਿ ਜਿਹੜੀ ਹੁਣ ਕਲਾਸ ਗ੍ਰੇਡ 4 ਆ, ਜਿਹਨੇ ਸਤੰਬਰ ਵਿੱਚ ਗ੍ਰੇਡ 5 ਵਿੱਚ ਜਾਣਾ, ਉਹ ਤੇ ਉਹਨਾਂ ਦੇ ਨੰਬਰ ਬਹੁਤ ਥੋੜੇ ਆ। ਸੋ ਸਾਨੂੰ ਸਰੀ ਸਕੂਲ ਬੋਰਡ ਨੇ ਦੱਸਿਆ ਵੀ ਜੇ ਨੰਬਰ ਵਧੇ ਨਾ ਤਾਂ ਸਾਡੇ ਲਈ ਪੰਜਾਬੀ 5 ਜਿਹੜੀ ਗ੍ਰੇਡ 5 ਲਈ ਆ ਸਤੰਬਰ ਸਟਾਰਟ ਕਰਨੀ ਉਹ ਮੁਸ਼ਕਿਲ ਹੋ ਜਾਣੀ ਆ, ਲੇਕਿਨ ਪੰਜਾਬੀ ਜਿਹੜੀ 6 ਆ ਉਹ ਚੱਲਦੀ ਰਹਿਣੀ ਆ। ਜਿੱਦਾਂ ਸਾਡਾ ਸੀਕੁਐਂਸ ਇਹ ਆ ਗਿੱਲ ਸਾਹਿਬ, ਬੱਚਿਆਂ ਨੂੰ ਆਪਾਂ ਨੂੰ ਸੈਕਿੰਡ ਲੈਂਗੁਏਜ ਗ੍ਰੇਡ 5-6-7 ਚ ਲੈਣੀ ਪੈਂਦੀ ਜ਼ਰੂਰੀ, ਔਰ ਅਸੀਂ ਕਹਿੰਦੇ ਵੀ ਪੰਜਾਬੀ ਦਾ ਮੋਰ ਫਾਇਦਾ, ਪੰਜਾਬੀ ਸਾਡੀ ਮਾਂ ਬੋਲੀ, ਵੀ ਕਿਉਂ ਨਾ ਅਸੀਂ ਆਪਣੀ ਮਾਂ ਬੋਲੀ ਨੂੰ ਪ੍ਰੈਫਰੈਂਸ ਦਈਏ। ਸੋ ਇਹ ਦੋਵੇਂ ਸਕੂਲ ਆ ਜਿਹੜੇ ਪੰਜਾਬੀਆਂ ਦਾ ਗੜ ਆ ਗਿੱਲ ਸਾਹਿਬ, ਜਿਵੇਂ ਤੁਸੀਂ ਜਾਣਦੇ ਹੋ ਇਹ 148 ਸਟਰੀਟ ਦੇ ਉੱਤੇ ਆ। ਇੱਕ ਹੈਗਾ ਜਿਹੜਾ ਟੀ ਸਕੋਟ ਹੈ 70 ਐਵਨਿਊ 148 ਸਟਰੀਟ, ਤੇ ਚਿਮਨੀ ਹਿੱਲ ਹੈ ਜਿਹੜਾ 74 ਐਵਨਿਊ ਤੋਂ 148 ਸਟਰੀਟ। ਸੋ ਉਹ ਏਰੀਆ ਆਪਣਾ ਕਾਫੀ ਜਿੱਦਾਂ ਪੰਜਾਬੀਆਂ ਦਾ ਗੜ ਆ। ਸੋ ਬੜੀ ਸਾਨੂੰ ਦੁੱਖ ਵਾਲੀ ਗੱਲ ਆ ਕਿ ਇੱਥੇ ਸਾਡੇ ਬੱਚੇ ਪੂਰੇ ਨੇ ਹੋ ਰਹੇ। ਸੋ ਤੁਹਾਡੇ ਅਪੀਲ ਕਰਦਾ
अपने मापिया नू भी जे तुसी साइन अप नहीं किया जे तुहाडा बच्चा एट अज हुण ग्रेड फोर च जे सितंबर विच ग्रेड फाइव विच जाना तां प्लीज साइन अप करो स्कूल दे प्रिंसीपल नू दसो जाके जे फार्म भरना पिया तो फार्म भर दिओ उन्हां नू कहो भी असीं अपने बच्चियां नू पंजाबी पढ़ाउणा चाहुंदे आ ता कि अपने घट्टो घट्ट 25 बच्चे रेडी हो जाण ग्रेड फाइव ले क्योंकि ग्रेड सिक्स चल रही है जेडे ग्रेड फाइव सीगे इस साल ओ ग्रेड सिक्स जा रहे हैं ओ क्लास होके नंबर होके आ लेकिन असीं ग्रेड फाइव लई कोशिश कर रहे जेडी सितंबर जानी है ते ओ तो बाद जेडे ग्रेड सिक्स विच सितंबर च उन्हीं ग्रेड सैवन च हो जाना तो असीं चाहुंदे सीकुएंस चलता रहे ग्रेड फाइव सिक्स सैवन जे लड़ी टुट गई तो फिर उन्हें दोबारा एस्टैबलिश करना ਗਿਲਸਾ ਬਹੁਤ ਔਖਾ ਹੋ ਜਾਂਦਾ ਬੜੀ ਮਿਹਨਤ ਕੀਤੀ ਹੈ ਪਲੀ ਨੇ ਨਾਲ ਕਮਿਊਨਿਟੀ ਨੇ ਤੁਸੀਂ ਸਾਰਿਆਂ ਨੇ ਹਿੰਮਤ ਕਰਕੇ ਇਹਨਾਂ ਸਕੂਲਾਂ 'ਚ ਪੰਜਾਬੀ ਲਵਾਈ ਆ ਅਤੇ ਇਸ ਕਰਕੇ ਮੈਂ ਬੇਨਤੀ ਕਰਦਾ ਅਪੀਲ ਕਰਦਾ ਤੁਹਾਡੇ ਥਰੂ ਆਪਣੇ ਮਾਪਿਆਂ ਨੂੰ ਵੀ ਹੁਣ ਹਿੰਮਤ ਕਰੋ ਆਪਾਂ ਮਾਂ ਬੋਲੀ ਪੰਜਾਬੀ ਦਾ ਮਾਣ ਹੋਰ ਵੀ ਵਧਾਈਏ ਬੱਚਿਆਂ ਨੂੰ ਸਾਈਨ ਅਪ ਕਰੋ ਜੇ ਤੁਹਾਡੇ ਬੱਚੇ ਹੋਰ ਵੀ ਸਕੂਲਾਂ 'ਚ ਜਾਂਦੇ ਆ ਉੱਥੇ ਵੀ ਤੁਸੀਂ ਪ੍ਰਿੰਸੀਪਲ ਨੂੰ ਅਪਰੋਚ ਕਰੋ ਅਸੀਂ ਆਪਣੇ ਬੱਚਿਆਂ ਨੂੰ ਚਾਹੁੰਦੇ ਹਾਂ ਕਿ ਪੰਜਾਬੀ ਪੜ੍ਹਨ ਕਿਉਂਕਿ ਇਹ ਆਪਣਾ ਹੱਕ ਹੈ ਗਿੱਲ ਸਾਹਿਬ ਅਸੀਂ ਜਿਹੜੇ ਪਬਲਿਕ ਸਕੂਲ ਸਿਸਟਮ ਆ ਇਹ ਤੇ ਜ਼ੋਰ ਇਸ ਕਰਕੇ ਪਹਿਲਾਂ ਤਾਂ ਪਲੀ ਨੇ ਦਿੱਤਾ ਗਿੱਲ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਇਹ ਰਾਈਟ ਆ ਇਹ ਹੱਕ ਆ ਔਰ ਸਕੂਲ ਟਾਈਮ ਦੇ ਵਿੱਚ ਹੀ ਪੰਜਾਬੀ ਪੜ੍ਹਨ ਔਰ ਉਹਨਾਂ ਨੂੰ ਪੂਰਾ ਕ੍ਰੈਡਿਟ ਮਿਲੇ ਔਰ ਅਸੀਂ ਚਾਹਾਂ ਯੂਨੀਵਰਸਿਟੀ ਵਿੱਚ ਹੀ ਪੰਜਾਬੀ ਡਿਗਰੀ ਲਈ ਆਪਣੀ ਡਿਗਰੀ ਲਈ ਜਿਹੜੀ ਲੈਂਗੁਏਜ ਰਿਕੁਆਇਰਮੈਂਟ ਹੈ ਉਹ ਅਪਰੂਵ ਕਰਵਾਈ ਆ ਸੋ ਇਸ ਕਰਕੇ ਪਲੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਤੁਹਾਡੇ ਨਾਲ ਸਾਥ ਨਾਲ ਤੇ ਮੈਂ ਮਾਪਿਆਂ ਨੂੰ ਵੀ ਅਪੀਲ ਕਰਦਾ ਵੀ ਤੁਸੀਂ ਵੀ ਹੰਭਲਾ ਮਾਰੋ ਅੱਛਾ ਸੁਨੇੜਾ ਸਾਹਿਬ ਬਹੁਤ ਚਿਰ ਹੋ ਗਿਆ ਜੀ ਤੁਸੀਂ ਇੱਥੇ ਚਿਰਾਂ ਦੇ ਰਹਿੰਦੇ ਹੋ ਐਜੂਕੇਸ਼ਨ ਸਿਸਟਮ ਦੇ ਵਿੱਚ ਰਹੇ ਹੋ ਸਭ ਕੁਛ ਤੁਸੀਂ ਭਾਈਚਾਰੇ ਨੂੰ ਵੱਧਦੇ ਫੁੱਲਦਾ ਦੇਖਿਆ ਜਦ ਸਾਡੀ ਗਿਣਤੀ ਹਜ਼ਾਰਾਂ 'ਚ ਸੀ ਅਸੀਂ ਪੰਜਾਬੀ ਛੱਡੀ ਨਾ ਮਾਂ ਬੋਲੀ ਹੁਣ ਅਸੀਂ ਲੱਖਾਂ 'ਚ ਹੋ ਗਏ ਅਸੀਂ ਇਸ ਗੱਲ ਨੂੰ ਪਿੱਠ ਕਰ ਰਹੇ ਹਾਂ ਇਹਦਾ ਕਾਰਨ ਕੀ ਹੈ ਜੀ ਮਾਨਸਿਕਤਾ ਕੀ ਹੈ ਇਹਦੇ ਪਿੱਛੇ ਇਹ ਜਿਹੜਾ ਹਾਲੇ ਵੀ ਗਿੱਲ ਸਾਹਿਬ ਅਸੀਂ ਪੰਜਾਬੀ ਨੂੰ ਜਿੱਦਾਂ ਮਾਣ ਜਿੰਨਾ ਦੇਣਾ ਚਾਹੀਦਾ ਉਹ ਦਿੰਦੇ ਨਹੀਂ ਕਿਉਂਕਿ ਜਿਹੜੀ ਮੈਂਟੈਲਿਟੀ ਆ ਖਾਸ ਕਰ ਪੰਜਾਬ 'ਚ ਹੁਣ ਪੰਜਾਬ 'ਚ ਤਾਂ ਪੰਜਾਬੀ ਦਾ ਤੁਹਾਨੂੰ ਪਤਾ ਕੀ ਹਾਲ ਹੋ ਰਿਹਾ ਆ ਕਿਉਂਕਿ ਉੱਥੇ ਜਿਹੜੀ ਹੁਣ ਪੰਜਾਬ ਦਾ ਤਾਂ ਇੱਥੇ ਦਾ ਇਹ ਫਰਕ ਹੈ ਗਿੱਲ ਸਾਹਿਬ ਹੁਣ ਆਪਣੇ ਮਾਪੇ ਰੀਅਲਾਈਜ਼ ਨਹੀਂ ਕਰਦੇ ਤੇ ਪੰਜਾਬੀ ਇੱਥੇ ਹੁਣ ਰੁਜ਼ਗਾਰ ਦੀ ਭਾਸ਼ਾ ਬਣ ਗਈ ਆ ਹਜ਼ਾਰਾਂ ਜੋਬਸ ਆ ਜਿਹੜੀਆਂ ਗਿੱਲ ਸਾਹਿਬ ਜਿਹੜੀਆਂ ਪੰਜਾਬੀ ਨਾਲ ਡਿਪੈਂਡੈਂਟ ਆ ਦੇਖੋ ਟਰਾਂਸਲੇਟਰ ਕਿੰਨੇ ਆ ਬਾਕੀ ਕੰਮ ਕਰਨ ਵਾਲੇ ਕਿੰਨੇ ਆ ਹੋਰ ਹਰ ਇੱਕ ਕੰਮ ਵਿੱਚ ਤੁਸੀਂ ਹਸਪਤਾਲਾਂ 'ਚ ਜਾਂਦੇ ਆ ਅਸੀਂ ਪੰਜਾਬੀ ਬੋਲਦੇ ਹਾਂ ਬਿਜ਼ਨਸ ਜਾਂਦੇ ਹਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਫੈਡਰਲ ਗਵਰਨਮੈਂਟ ਈਵਨ ਮਿਊਨਸੀਪਲ ਗਵਰਨਮੈਂਟ ਉਹ ਚਾਹੁੰਦੀਆਂ ਵੀ ਸਾਨੂੰ ਪੰਜਾਬੀ ਸਪੀਕਰ ਮਿਲਣ ਸੋ ਇਸ ਕਰਕੇ ਹਾਲੇ ਵੀ ਕਮਿਊਨਿਟੀ 'ਚ ਜਾਗ੍ਰਿਤੀ ਜਿੰਨੀ ਹੋਣੀ ਚਾਹੀਦੀ ਆ ਉਹ ਨਹੀਂ ਆਈ ਸਾਨੂੰ ਰੀਅਲਾਈਜ਼ ਕਰਨਾ ਚਾਹੀਦਾ ਕਿ ਪੰਜਾਬ ਨਾਲੋਂ ਕੈਨੇਡਾ ਮੱਚ ਡਿਫਰੈਂਟ ਆ ਇੱਥੇ ਪੰਜਾਬੀ ਦੀ ਬਹੁਤ ਕਦਰ ਆ ਔਰ ਸਾਨੂੰ ਵੀ ਕਦਰ ਕਰਨੀ ਚਾਹੀਦੀ ਆ ਕਿਉਂਕਿ ਗਾਹਾਂ ਅਪਰਚੁਨਿਟੀਜ਼ ਬਹੁਤ ਆ ਗਿੱਲ ਸਾਹਿਬ ਆਪਣੇ ਬੱਚਿਆਂ ਲਈ ਮੈਨੂੰ ਕਈਆਂ ਦੇ ਫੋਨ ਆਉਂਦੇ ਅੰਕਲ ਮੈਨੂੰ ਜੋਬ ਮਿਲ ਗਈ ਕਿਉਂਕਿ ਮੈਨੂੰ ਪੰਜਾਬੀ ਆਉਂਦੀ ਆ ਸੋ ਸਾਨੂੰ ਮਾਣ ਹੋਣਾ ਚਾਹੀਦਾ ਇਹ ਘਾਟ ਆ ਤੁਹਾਡੀ ਗੱਲ ਬਿਲਕੁਲ ਰਾਈਟ ਆ ਸਾਨੂੰ ਜਿਹੜੀ ਆ ਆਪਣਾ ਕੀ ਕਹਿੰਦੇ ਹੁੰਦੇ ਆ ਮੈਂਟਲ ਸ਼ਿਫਟ ਦੀ ਲੋੜ ਆ ਵੀ ਮਾਂ ਬੋਲੀ ਨੂੰ ਪੂਰਾ ਸੰਸਕਾਰ ਦੇਈਏ ਜਿੰਨਾ ਦੇਣਾ ਚਾਹੀਦਾ ਅਖੀਰ ਦੇ ਵਿੱਚ ਕੋਈ ਕੰਟੈਕਟ ਨੰਬਰ ਸੁਨੇੜਾ ਸਾਹਿਬ ਜ਼ਰੂਰ ਦਿਓ ਜੇ ਕੋਈ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਜੀ ਹਾਂਜੀ ਹਾਂਜੀ ਮੈਂ ਆਪਣਾ ਸੈੱਲ ਨੰਬਰ ਦੇ ਦਿੰਦਾ ਮੇਰਾ ਨੰਬਰ ਹੈਗਾ 604-836-9976 ਤੇ ਆਪਣੇ ਸਾਧੂ ਬਿਨੇ ਹੁਣ ਵੀ ਸਾਡੇ ਸਾਥੀ ਉਹਨਾਂ ਦਾ ਹੈਗਾ 778-1886 ਸਾਨੂੰ ਦੋਹਾਂ ਨੂੰ ਕਿਸੇ ਵੀ ਮੌਕੇ ਫੋਨ ਕਰ ਸਕਦੇ ਹੋ ਤੇ ਜਿਸ ਤਰ੍ਹਾਂ ਵੀ ਅਸੀਂ ਮਦਦ ਕਰ ਸਕਦੇ ਹਾਂ ਕਰਾਂਗੇ ਅਸੀਂ ਚਾਹੁੰਦੇ ਹਾਂ ਗਿੱਲ ਸਾਹਿਬ ਵੀ ਹਰ ਇੱਕ ਸਕੂਲ ਵਿੱਚ ਮਾਪੇ ਆਪਣਾ ਸੰਗਠਨ ਕਰਨ ਔਰ ਮਾਂ ਬੋਲੀ ਪੰਜਾਬੀ ਨੂੰ ਗਾਹ ਵਧਾਉਣ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਵੇਲੇ ਹੰਭੜਾ ਮਾਰਦੇ ਸਾਡੇ ਨਾਲ ਤਾਂ ਅਸੀਂ ਰੀਅਲੀ ਅਪਰੀਸ਼ੀਏਟ ਕਰਦੇ ਹਾਂ ਧੰਨਵਾਦ ਜੀ ਸਿੰਗੜਾ ਸਾਹਿਬ ਥੈਂਕ ਯੂ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਬਹੁਤ ਜ਼ਰੂਰੀ ਆ ਜੀ ਕਿ ਇਹ ਭਾਸ਼ਾ ਜਿਹੜੀ ਹੈ ਇਹ ਆਮ ਗੱਲਬਾਤ ਕਰਨ ਲਈ ਭਾਸ਼ਾ ਨਹੀਂ ਇਹਦੇ ਕਰਕੇ ਕੰਮ ਮਿਲਦੇ ਆ ਡਿਊਲ ਜਿਹੜਾ ਕਹਿੰਦੇ ਨੇ ਨਾ ਬਹੁ ਭਾਸ਼ੀ ਅੰਗਰੇਜ਼ੀ ਦੇ ਨਾਲ ਜੇ ਪੰਜਾਬੀ ਆਉਂਦੀ ਆ ਕੰਮ ਦੇ ਬਹੁਤ ਜਿਹੜੇ ਜ਼ਿਆਦਾ ਤੁਹਾਨੂੰ ਰੁਜ਼ਗਾਰ ਦੇ ਮੌਕੇ ਨੇ
ਜਿਹਨੂੰ ਪੰਜਾਬੀ ਆਉਂਦੀ ਆ, ਬੈਂਕਾਂ ਦੇ ਵਿੱਚ, ਹੋਰ ਸਰਕਾਰ ਦੇ ਦਫ਼ਤਰਾਂ ਦੇ ਵਿੱਚ, ਡਾਕਟਰ, ਸਾਈਕੋਲੋਜਿਸਟ ਜਾਂ ਕਿਸੇ ਪਾਸੇ ਵੀ ਜਿਹਨੂੰ ਅੰਗਰੇਜ਼ੀ ਨਾਲ ਪੰਜਾਬੀ ਆਉਂਦੀ ਹੈ ਉਹਨੂੰ ਉਹਦਾ ਫਾਇਦਾ। ਬਹੁਤ ਲੋਕ ਨੇ ਜਿਹੜੇ ਅੰਗਰੇਜ਼ੀ ਨਹੀਂ ਬੋਲਦੇ, ਤੇ ਸਾਡੀ ਆਮ ਰੋਜ਼ਮਰਾ ਦੀ ਜ਼ਿੰਦਗੀ 'ਚ ਤਾਂ ਅਸੀਂ ਆਸ ਵਿੱਚ ਤਾਂ ਪੰਜਾਬੀ ਬੋਲੀਏ, ਇਹਦੇ ਆਲੇ ਦੁਆਲੇ ਹੀ ਖੜਾ ਸਾਰਾ ਕੁਛ ਆਪਣਾ। ਮਾਂ ਬੋਲੀ ਦੇ ਇੱਕ ਬੰਨੇ ਦਾ ਪੰਜਾਬ 'ਚ ਤਾਂ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਚੰਡੀਗੜ੍ਹ ਪੁਆਧ ਦੇ ਪਿੰਡਾਂ ਨੂੰ ਉਜਾੜ ਕੇ ਉੱਥੇ ਬਣਾਤਾ, ਤੇ ਸਾਨੂੰ ਚੰਡੀਗੜ੍ਹ ਨੇ ਕੀ ਦਿੱਤਾ? ਸਾਡੀ ਰਾਜਧਾਨੀ ਕਿਤੇ ਵੀ ਹੋ ਸਕਦੀ ਸੀ, ਕੀ ਦਿੱਤਾ ਚੰਡੀਗੜ੍ਹ ਨੇ ਸਾਨੂੰ? ਉਜਾੜਾ ਸਾਡਾ ਹੋਇਆ, ਲੋਕਾਂ ਨੇ ਜ਼ਮੀਨਾਂ ਵੇਚ ਕੇ ਖਾ ਲਈਆਂ ਤੇ ਖਤਮ ਕਹਾਣੀ, ਉੜਾ ਤੇ ਲੋਕ ਹਿੰਦੀ ਦੇ ਵਿੱਚ, ਪੁਆਧ ਤੇ ਪੰਜਾਬੀ ਹਿੰਦੀ 'ਚ ਜਾ ਵੜੀ। ਮੈਂ ਨਹੀਂ ਕਹਿੰਦਾ ਉਹ ਮਾੜੀ ਭਾਸ਼ਾ, ਜਿਹੜੇ ਮਾਂ ਬੋਲੀ ਜਿਹਨਾਂ ਦੀ ਹਿੰਦੀ ਆ ਉਹਨਾਂ ਨੂੰ ਸ਼ੁਭ ਸ਼ਾਮਾਂ ਨੇ, ਪਰ ਜਿਹੜੇ ਪੰਜਾਬੀ ਬੋਲਦੇ ਲੋਕ ਨੇ ਉਹ ਕਿੱਧਰ ਨੂੰ ਚੱਲੇ ਨੇ? ਉੱਥੇ ਚੰਗੇ ਭਲੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਰਿਸ਼ਤਿਆਂ ਦਾ ਨਾਂ ਮੈਂ ਤੁਹਾਨੂੰ ਦੱਸਿਆ ਸੀ, ਫੁੱਫੜ ਨੂੰ ਫੂਫਾ ਬਣਾਤਾ ਉੱਥੇ, ਐਂਕਲ ਐਂਟੀ, ਪਤਾ ਨਹੀਂ ਕਿੱਥੋਂ ਸ਼ਬਦ ਲੱਭ ਲਏ, ਐਂਕਲ ਕਹਿੰਦੇ ਨੇ ਇੱਕ, ਐਂਟੀ ਕਹਿੰਦੇ ਨੇ। ਤੇ ਪਿੰਡਾਂ 'ਚ ਵੀ ਮਜਬੂਰੀ ਹੈ, ਜਦ ਬਿਹਾਰੀਏ ਵਿਚਾਰੇ ਆਏ ਉਹਨਾਂ ਨਾਲ ਜਿਹੜੀ ਹਿੰਦੀ ਦੀ ਖੁਰਬਟ ਕਰਦੇ ਸਾਡੇ ਬੰਦੇ, ਤੂੰ ਛੱਡ ਗੱਲ ਦੇ, ਹਰਾ ਕਾਟ ਕੇ ਰੇਹੜੀ ਪੇ ਲਾ ਦੇਣਾ ਹੈ, ਫਿਰ ਮਾਝਾਂ ਕੋ ਪਾਣੀ ਪਿਲਾਉਣਾ ਹੈ, ਕੀ ਕੁਛ ਕਰਦੇ ਸੀ ਆਪਾਂ ਉੱਥੇ, ਬੀਬੀਆਂ ਹਾਕ ਮਾਰਦੀਆਂ, ਵੇ ਰਾਮੂ ਲੈ ਜਾ ਰੋਟੀ ਆ ਕੇ, ਰੋਟੀ ਠੰਡੀ ਹੋ ਰਹੀ ਹੈ, ਦੇਖੋ ਤੁਸੀਂ ਕਿੱਧਰੋਂ ਕਿੱਧਰ ਨੂੰ ਚੱਲ ਪਈ ਗੱਲ। ਜਰਦਾ ਉਹ ਲਿਆਏ ਸਾਡੇ ਨਾਲ ਖੜੇ ਲਾ ਕੇ, ਬਸ ਇਹ ਸਾਡੇ ਮਨ ਦੇ ਵਿੱਚ ਇੱਕ ਰਵਿੱਧ ਹੈ ਬਹੁਤ ਮਾੜੀ, ਕਿ ਅਸੀਂ ਨਕਲ ਕਰਨੀ ਹੈ ਬਸ, ਆ ਨਕਲ ਹੀ ਹੈ। ਯੂਰਪ ਦੇ ਬਾਲਾਂ ਦੇ ਸਟਾਈਲ ਕਿੱਧਰ ਗਏ ਦੇਖ ਲਾ, ਉਸ ਤਰ੍ਹਾਂ ਕਿੰਨੇ ਪਾਸਿਓਂ ਫਿਰਦਾ, ਕਿਵੇਂ ਘੁਮਾਉਂਦੇ ਨੇ, ਧਾਰਾਂ ਵਾਲਾ ਬਣਾਉਂਦੇ ਨੇ ਨਾਲੇ, ਐ ਕਿਵੇਂ ਸਿਰ ਦੇ ਉੱਪਰ ਲਾਈਨਾਂ ਪਾਈਆਂ ਹੁੰਦੀਆਂ ਨੇ। ਉਹਨੂੰ ਪੁੱਛ ਲਏ ਇਹ ਕੀ ਹੈ, ਉਹ ਕਹਿੰਦੇ ਸਟਾਈਲ ਆ ਇਹ। ਕੰਨਾਂ ਦੇ ਵਿੱਚ ਕੋਕਰੂ ਜਿਹੜੇ ਨੇ, ਦੇਖੋ ਕਿੱਥੋਂ ਕਿੱਥੇ ਗਏ, ਬੀਬੀਆਂ ਕੰਨਾਂ ਦੇ ਵਿੱਚ ਵਾਲੀਆਂ ਪਾਉਂਦੀਆਂ, ਟੌਪਸ ਪਾਉਂਦੀਆਂ, ਸਾਡੇ ਮੁੰਡੇ ਚਾਰ ਚਾਰ ਜਗ੍ਹਾ ਤੇ ਕੰਨ ਬਿੰਨੀ ਫਿਰਦੇ ਆ, ਪਤਾ ਨੀ ਕਿਵੇਂ ਮਾਪੇ ਉਹਨਾਂ ਨੂੰ ਅਲਾਓ ਕਰਦੇ ਆ, ਸਮਝ ਨੀ ਆਉਂਦੀ। ਮਰਦ ਤੇ ਇਸਤਰੀ ਦੋ ਅਲੱਗ ਅਲੱਗ ਰੂਪ ਰੱਬ ਨੇ ਬਣਾਏ ਨੇ ਪ੍ਰਕਿਰਤੀ ਨੂੰ ਬਣਾਉਣ ਦੇ ਲਈ, ਪ੍ਰਕਿਰਤੀ ਜਾਂ ਬਣਾਈ ਹੈ, ਦੋ ਉਮੀਦਵਾਰ ਨੇ ਮੇਨ, ਪਰ ਹੁਣ ਬੰਦਿਆਂ ਨੂੰ ਕੀ ਬਿਮਾਰੀ ਲੱਗ ਗਈ ਸਮਝ ਨੀ ਆਉਂਦੀ। ਸਫ਼ਾ ਚੱਟ ਬਾਹਾਂ, ਸਫ਼ਾ ਚੱਟ ਛਾਤੀ, ਪਤਾ ਨੀ ਕੀ ਕੁਛ, ਕਿੱਥੇ ਕਿੱਥੇ ਲੇਜ਼ਰ ਕੀ ਕਰਾਉਂਦੇ ਫਿਰਦੇ ਨੇ, ਸਮਝ ਨੀ ਆਉਂਦੀ। ਬੱਟੇ ਵਰਗੀਆਂ ਬਾਹਾਂ, ਬੱਟੇ ਵਰਗੀ ਛਾਤੀ ਦੇ ਦਿਆ, ਉਹ ਮੈਂ ਇਹ ਸਾਫ਼ ਕਰਾਈ ਆ, ਕਹਿੰਦੇ ਇਹ ਵੀ ਹੁਣ, ਮੈਂ ਕਿਹਾ ਫੇਸ਼ੀਅਲ ਹੇਅਰ ਦੇ ਨਾਲ ਹੁਣ ਇਹ ਛਾਤੀਆਂ ਵੀ ਸਾਫ਼ ਕਰਨ ਲੱਗੇ ਬੰਦੇ, ਇਹੀ ਤਾਂ ਨਿਸ਼ਾਨੀ ਆ ਤੁਹਾਡੀ ਜਿਹੜੀ ਅਲੱਗ ਕਰਦੀ ਆ ਬੀਬੀਆਂ ਤੋਂ। ਕੁਦਰਤ ਨੇ ਜਿਹੜੀ ਬਲੈਸਡ ਪੂਰੀ ਸੰਯੁਕਤ, ਜਿਹੜੀ ਪੂਰੀ ਕੰਪਲੀਟ ਲੇਡੀ ਬਣਾਈ ਆ, ਉਹਦੇ ਸਰੀਰ ਤੇ ਰੋਮ ਬਹੁਤ ਘੱਟ ਦਿੱਤੇ ਨੇ ਉਹਨੇ, ਸਾਫ਼ ਉਹਦਾ ਸਰੀਰ ਮਾਲਕ ਨੇ ਬਣਾਇਆ, ਗੁਣਾਂ ਦੇ ਵਿੱਚ ਆ, ਮਰਦਾਂ ਦੇ ਬਾਹਾਂ ਤੇ, ਛਾਤੀਆਂ ਤੇ, ਮੋਹਰਾਂ ਤੇ ਮੂੰਹ ਤੇ, ਉਹਨੂੰ ਵਾਲ ਦਿੱਤੇ ਆ ਲੱਤਾਂ ਤੇ, ਖੁੱਚਾਂ ਤੇ, ਪਰ ਦੇਖ ਲਓ ਕਿੱਧਰ ਨੂੰ ਚੱਲਿਆ, ਕੰਨ ਬਿੰਨੀ ਫਿਰਦੇ ਆ, ਸੋਨੇ ਦੇ ਵਿੱਚ ਡਾਇਮੰਡ ਪਾ ਕੇ ਉਹ ਕੰਨਾਂ 'ਚ ਪਾਈ ਫਿਰਦੇ ਆ। ਇਹ 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 ਕਾਹਦੀ ਸ਼ਕੀਨੀ ਆ ਇਹ, ਜਿਹੜੀ ਤੁਹਾਡੇ ਸ਼ਕੀਨੀ ਖਿਲਾਫ਼ ਜਾਂਦੀ ਹੈ? ਬੰਦੇ ਬੰਦਿਆਂ ਅੱਗੇ ਲੱਗਦੇ, ਬੀਬੀ ਬੀਬੀਆਂ ਵਰਗੀਆਂ ਲੱਗਦੀਆਂ। ਜਦ ਤੁਸੀਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਹੋ, ਉਹ 'ਚੋਂ ਕੁਛ ਨਹੀਂ ਨਿਕਲਣਾ, ਖਰਾਬ ਹੋ ਜਾਓਗੇ, ਬਿਲਗੋਬਾ ਹੋ ਜਾਂਦਾ। ਸ਼ਬਦ ਬਹੁਤ ਮਾੜੇ ਵਿੱਚ ਵਿਚਾਲੇ ਵਾਲਿਆਂ ਲਈ ਵਰਤਦੇ ਆ ਪੰਜਾਬੀ 'ਚ। ਮਾਂ ਬੋਲੀ ਦੀ ਮੈਂ ਗੱਲਬਾਤ ਕਰ ਰਿਹਾ ਸੀ, ਸੁਣਨ ਵਾਲੇ ਆਪਣਾ ਜਿਵੇਂ ਦੁੱਖ ਸਾਂਝਾ ਕਰਦਾ, ਚੰਗੀ ਖਬਰ ਵੀ ਸਾਂਝੀ ਕਰਦੇ ਆ। ਗਿੱਲ ਪਰਿਵਾਰ ਨੇ, ਸਰ ਲਖਵੀਰ ਸਿੰਘ ਗਿੱਲ ਤੇ ਉਹਨਾਂ ਦੇ ਪਰਿਵਾਰ ਨੇ ਆਪਣੇ ਪੁੱਤਰ ਦੀ ਫੋਟੋ ਭੇਜੀ, ਜਿਹੜਾ ਐਮ ਡੀ ਡਾਕਟਰ ਆ ਹੁਣ ਹਰਿੰਦਰਪਾਲ ਸਿੰਘ ਗਿੱਲ, ਉਹਨਾਂ ਨੇ ਲਿਖਿਆ ਕਿ ਜਦ ਬੀ ਐਸ ਸੀ ਕਰਦਾ ਸੀ ਯੂ ਵੀ ਸੀ ਤਾਂ ਪੰਜਾਬੀ ਦਾ ਕੋ ਟੀਚਰ ਰਿਹਾ ਨਾਲ ਨਾਲ, ਹੁਣ ਐਮ ਡੀ ਕੀਤੀ ਆ। ਮਾਪੇ ਕਿੰਨੇ ਖੁਸ਼ ਨੇ ਦੇਖੋ, ਯੂ ਵੀ ਸੀ ਦੇ ਵਿੱਚ ਮੈਡੀਕਲ ਦੇ ਵਿੱਚ ਜਾਂ ਲਾਅ 'ਚ ਜਾਂ ਹੋਰ ਕਿਤੇ ਐਡਮਿਸ਼ਨ ਕਿਤੇ ਲੈਣੀ ਸੌਖੀ ਆ, 90% ਪਲੱਸ ਨੰਬਰ ਚਾਹੀਦੇ ਜਿਹਦੇ ਵਾਸਤੇ ਰਹੇ। ਇਹ ਬਾਬੇ ਦੀ ਕੌਮ ਤੇ ਰੋਲ ਮਾਡਲ ਸਾਡੇ ਇਹ ਜਵਾਕ ਅੱਗੇ ਆਉਣ। ਬ੍ਰੈਂਡਨ ਬਾਸੀ ਦੀ ਮੈਂ ਕੱਲ੍ਹ ਗੱਲ ਕਰ ਰਿਹਾ ਸੀ ਵੀ ਕੋਈ ਫਾਊਂਡੇਸ਼ਨ ਆਪਾਂ ਸੈੱਟ ਕਰੀਏ, ਤੇ ਅੱਜ ਦਲਾਰ ਸਿੰਘ ਮੰਡੇਰ ਉਹਨਾਂ ਨੇ ਦੱਸਿਆ ਕਿ ਗੋ ਫੰਡ ਮੀ ਤੇ ਬ੍ਰੈਂਡਨ ਬਾਸੀ ਦਾ ਗੋ ਫੰਡ ਮੀ ਬ੍ਰੈਂਡਨ ਬਾਸੀ ਤੇ $70,000 ਆਪਾਂ ਇਕੱਠੇ ਕਰੀ ਬੈਠੇ ਹਾਂ।
ਹੋਰ ਕਰਨੇ ਨੇ ਇੱਥੇ ਘੱਟੋ ਘੱਟ ਮੇਰਾ ਮਨ ਹੈ ਵੀ $250,000 ਇਕੱਠਾ ਹੋਵੇ $2,50,000 ਉਹਦੇ ਤੋਂ ਫਿਰ ਬ੍ਰੈਂਡਨ ਦੇ ਨਾਂ ਦੇ ਵਜ਼ੀਫੇ ਆਪਾਂ ਸ਼ੁਰੂ ਕਰੀਏ ਵਧੀਆ ਸਪੋਰਟਸ ਐਥਲੀਟਸ ਨੂੰ ਚਾਹੇ ਉਹ $5,000 ਦਾ ਹੀ ਵਜ਼ੀਫਾ ਹੋਵੇ ਕਿਤੇ ਟਰੱਸਟ ਫੰਡ 'ਚ ਪੈਸੇ ਪੈ ਜਾਣ ਉਹਦੇ 'ਚੋਂ ਕੁਛ ਵਿਆਜ ਆਵੇ ਕੁਛ ਹੋਰ ਨਾਲ ਨਾਲ ਕਰੀਏ ਸੋ ਇਸ ਸਾਡੀ ਕੌਮ ਦੇ ਹੀਰੇ ਦਾ ਨਾਂ ਜਿਹੜਾ ਸਦੀਵ ਹੀ ਸਾਡੇ 'ਚ ਰਹੇ ਅਤੇ ਮਾਪਿਆਂ ਨੂੰ ਢਾਰਸ ਰਹੂ ਉਸ ਗੱਲ ਦੀ ਬਹੁਤ ਕਿ ਸਾਡੇ ਪੁੱਤ ਦਾ ਕਮਿਊਨਿਟੀ ਨੇ ਨਾਂ ਰੱਖਿਆ ਸੋ ਇਹ ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਬਹੁਤ ਵਾਰ ਕੀਤੀ ਹੈ ਕਿ ਬਈ ਜ਼ਿੰਦਗੀ ਦੇ ਰੰਗ ਨੇ ਜਿਹੜੇ ਜਿਹਦੇ ਵਿੱਚ ਦੁੱਖ ਸੁੱਖ ਜਾਂ ਤੁਸੀਂ ਇੱਕ ਭਾਈਚਾਰੇ ਦਾ ਅੰਗ ਹੋ ਕੇ ਵਿਚਰਦੇ ਹੋ ਦੁੱਖ ਵੀ ਤੁਹਾਡਾ ਸੁੱਖ ਵੀ ਤੁਹਾਡਾ ਔਰ ਇਸ ਤਰ੍ਹਾਂ ਹੀ ਚਾਹੀਦਾ ਆਪਾਂ ਨਹੀਂ ਸਾਰੇ ਭਾਈਚਾਰੇ ਇਸ ਤਰ੍ਹਾਂ ਇਕੱਠੇ ਹੁੰਦੇ ਨੇ ਜਿਉਂ ਸ਼ਲੋਕਾਂ ਦਾ ਆ ਜਦ ਉਹ ਸਿਨਾਗੋਗ 'ਚ ਜਾਂਦੇ ਨੇ ਉਹਨਾਂ ਦਾ ਰੈਬੀ ਜਿਹੜਾ ਹੈ ਉਹ ਦੱਸ ਦਿੰਦਾ ਵੀ ਫਲਾਣੇ ਬੰਦੇ ਦੀ ਕੁੜੀ ਦਾ ਵਿਆਹ $70,000 ਲੱਗਣਾ ਆਪਣੇ ਬੰਦੇ ਨੂੰ ਦੱਸ ਦਿੰਦਾ ਦੋਨੇ ਬੰਨੇ ਬਾਕਸ ਲਾ ਦਿੰਦੇ ਨੇ ਸਿਨਾਗੋਗ 'ਚੋਂ ਇੱਕ ਗ੍ਰੀਨ ਇੱਕ ਯੈਲੋ ਯੈਲੋ ਦੇ ਵਿੱਚ ਜਦ ਵੀ ਉਹ ਪ੍ਰੇਅਰ ਤੇ ਆਉਂਦੇ ਨੇ ਆਪਣੀ ਯਥਾ ਸ਼ਕਤੀ ਮੁਤਾਬਕ ਪੈਸੇ ਪਾਉਂਦੇ ਆ $100 $200 ਤੇ ਫਿਰ ਮਹੀਨੇ ਬਾਅਦ ਉਸਨੂੰ ਖੋਲਦੇ ਆ ਜੇ 70 ਪੂਰੇ ਹੋ ਗਏ ਤਾਂ ਠੀਕ ਆ 70 ਤੋਂ ਉੱਪਰ ਹੋ ਗਏ ਉਹ ਦੁਬਾਰਾ ਗ੍ਰੀਨ 'ਚ ਚਲੇ ਜਾਣੇ ਨੇ ਬਾਕਸੇ 'ਚ ਉਹਦੇ 'ਚ ਫੰਡ ਰਹਿੰਦਾ ਸਦਾ ਹੀ ਜੇ 70 ਤੋਂ ਘੱਟ ਗਏ ਤਾਂ ਦੂਜੇ ਬਕਸੇ 'ਚੋਂ ਕੱਢ ਕੇ ਉਹਦੇ 'ਚ ਲੜਾ ਕੇ 70 ਪੂਰੇ ਕਰ ਦਿੰਦੇ ਇਸ ਤਰ੍ਹਾਂ ਕੌਮ ਜਿਉਂਦੀ ਆ ਕਿਹਾ ਸੀ ਤੁਹਾਨੂੰ ਇੱਕ ਵਾਰ ਮੈਂ ਵੀ ਅਸੀਂ 5 ਲੱਖ ਦੇ ਕਰੀਬ ਹਾਂ ਪੰਜਾਬੀ ਇੱਥੇ ਮੈਂ ਧਰਮ ਤੋਂ ਉੱਪਰ ਉੱਠ ਕੇ ਜੇ ਪੰਜਾਬੀਆਂ ਦੀ ਗੱਲ ਕਰਾਂ 5-6 ਲੱਖ ਜੇ ਡਾਲਰ ਵੀ ਇਕੱਠਾ ਕਰੀਏ ਹਰ ਰੋਜ਼ $6,00,000 ਦਿਹਾੜੀ ਦਾ ਇਕੱਠਾ ਕਰ ਸਕਦੇ ਹਾਂ ਅਸੀਂ $6,00,000 ਅੱਧਾ ਮਿਲੀਅਨ $1 ਇੱਕ ਜਿਹੜਾ ਇੱਕ ਲੂਨੀ ਇੱਕ ਮਤਲਬ ਇੱਕ ਬੈਂਕ 'ਚ ਪਾਉਣੀ ਹੈ ਘਰੇ ਤੇ 18 ਮਿਲੀਅਨ ਸਾਲ ਮਹੀਨੇ ਦਾ ਹੋ ਗਿਆ $180,00,000 $18 ਮਿਲੀਅਨ ਹੁੰਦਾ ਤੇ ਕਿਤੇ ਥੋੜੇ ਨੇ ਇਹ ਮੁੱਕਦਾ ਪੈਸਾ ਕਿਤੇ ਸੋ ਗੱਲ ਤਾਂ ਇਹ ਹੈ ਕਿ ਅਸੀਂ ਸਾਨੂੰ ਕਰਨਾ ਤਾਂ ਅਸੀਂ ਜਾਣਦੇ ਹਾਂ ਸਾਡੇ ਕੋਲ ਵਿਧੀ ਹੈ ਨਹੀਂ ਵਿਧੀ ਕਰਕੇ ਅਸੀਂ ਟੁੱਟ ਗਏ ਸਾਡੇ ਉਸ ਜਗ੍ਹਾ ਜਿੱਥੇ ਅਸੀਂ ਇਕੱਠੇ ਹੋਣਾ ਸੀ ਉਹ ਆ ਸਾਡੀ ਧਾਰਮਿਕ ਸਟੇਟ ਉਹ ਆ ਸਾਡਾ ਗੁਰਦੁਆਰਾ ਸਾਹਿਬ ਜਿਵੇਂ ਉਹ ਸਿਨਾਗੋਗ 'ਚ ਜਾਂਦੇ ਨੇ ਉੱਥੇ ਸਾਨੂੰ ਸਦ ਉਪਯੋਗ ਚਾਹੀਦਾ ਉੱਥੇ ਕਿਉਂਕਿ ਉੱਥੇ ਸਾਡੇ ਵਿਚਾਰ ਅਲੱਗ ਅਲੱਗ ਹੋ ਗਏ ਇੱਕ ਇੱਕ ਜਗ੍ਹਾ ਨਾਲ ਅਸੀਂ ਜੁੜ ਗਏ ਚਲੋ ਲੋਕਾਂ ਦੀ ਗਿਣਤੀ ਕਰਕੇ ਸਾਨੂੰ ਉਹ ਇੰਸਟੀਚਿਊਟ ਹੋਰ ਬਣਾਉਣੇ ਪੈਣੇ ਸੀ ਪਰ ਇਨ ਜਨਰਲ ਅਸੀਂ ਉਹਦੇ 'ਤੇ ਕੋਸ਼ਿਸ਼ ਕਰੀਏ ਇਹ ਬਹੁਤ ਜ਼ਰੂਰੀ ਹੈ ਬਹੁਤ ਦੁਖਦਾਈ ਘਟਨਾ ਜਿਹੜੀ ਅੱਜ ਡੈਲਟਾ ਪੋਰਟ ਦੇ ਕੋਲ ਵਾਪਰੀ ਹੈ ਡਾਢੇ ਨੂੰ ਕੀ ਮਨਜ਼ੂਰ ਹੈ ਸਾਡਾ ਜੋ ਜ਼ੋਰ ਨਹੀਂ ਹੈ ਉਹਦੇ 'ਤੇ ਪਰ ਅਸੀਂ ਹਾਲੇ ਸਦਮੇ ਦੇ ਵਿੱਚੋਂ ਬਾਹਰ ਨਿਕਲਦੇ ਹਾਂ ਜਦ ਨੂੰ ਕੁਝ ਹੋਰ ਹੋ ਜਾਂਦਾ ਇਹ ਘਟਨਾ ਜਿਹੜੀ ਦੁਰਘਟਨਾ ਡੈਲਟਾ ਪੋਰਟ ਤੋਂ ਆ ਰਹੇ ਟਰੱਕ ਜਿਹੜਾ ਲੋਡ ਲਾ ਕੇ ਆਇਆ ਸੀ ਟਰਾਂਸਪੋਰਟ ਕੰਪਨੀਆਂ ਦੇ ਨਾਂ ਹਾਲੇ ਜਦ ਤੱਕ ਪੁਲਿਸ ਨਹੀਂ ਦੱਸਦੀ ਮੇਰਾ ਉਚਿਤ ਨਹੀਂ ਦੱਸਣਾ ਪਰ ਵੀਡੀਓ ਵਾਇਰਲ ਹੋ ਕੇ ਸਾਰੇ ਲੋਕ ਦੱਸ ਰਹੇ ਨੇ ਸਭ ਨੂੰ ਪਤਾ ਵੀ ਲੱਗ ਗਿਆ ਕਿਹੜੀਆਂ ਕਿਹੜੀਆਂ ਕੰਪਨੀਆਂ ਚਸ਼ਮਦੀਦ ਜਿਹੜੇ ਦੋ ਟਰੱਕ ਪਿੱਛੇ ਸੀ ਉਹਨਾਂ ਨੇ ਜਿਹੜਾ ਦੱਸਿਆ ਕਹਿੰਦੇ ਸਾਹਮਣੇ ਜਿਹੜਾ ਟਰੱਕ ਆ ਰਿਹਾ ਸੀ ਨੀਲਾ ਜਿਹਨੂੰ ਅੱਗ ਲੱਗੀ ਦਿਖਦੀ ਹੈ ਤੁਹਾਨੂੰ ਉਹ ਡੈਲਟਾ ਪੋਰਟ ਤੋਂ ਆ ਰਿਹਾ ਸੀ ਖਾਲੀ ਸੀ ਇੱਧਰੋਂ ਟਰੱਕ ਲੋਡ ਲੈ ਕੇ ਜਾ ਰਿਹਾ ਸੀ ਇਹ ਟਰੱਕ ਸੜਕ ਦੇ ਉੱਪਰ ਘੁੰਮਣ ਲੱਗਿਆ ਖੱਬੇ ਸੱਜੇ ਜਾਂਦਾ ਸਿੱਧਾ ਟਰੱਕ ਜਾ ਕੇ ਲੱਗਿਆ ਖਾਲੀ ਜਿਹੜਾ ਟਰੱਕ ਚੈਸੀ ਲੈ ਕੇ ਆ ਰਿਹਾ ਸੀ ਉਹਨੂੰ ਅੱਗ ਲੱਗ ਗਈ ਉਹ 'ਚ ਮੁੰਡੇ ਨੂੰ ਆਪਾਂ ਕੱਢ ਨਾ ਸਕੇ ਨੇੜੇ ਜਨ ਨੂੰ ਗਏ ਉਹ ਰੌਲਾ ਪਾਵੇ ਮੈਨੂੰ ਕੱਢ ਲਓ ਕੱਢ ਨਹੀਂ ਸਕੇ ਤੇ ਅੱਗ ਬਚਾਊ ਜਿਹੜੇ ਯੰਤਰ ਨੇ ਫਾਇਰ ਐਕਸਟੈਂਗੂਸ਼ਰ ਨੇ ਜਿਹੜੇ ਇੱਕ ਅੱਧੇ ਨੇ ਕੀ ਕਰਨਾ ਡੀਜ਼ਲ ਨੂੰ ਅੱਗ ਜਿਹੜੀ ਆ ਫਿਊਲ ਨੂੰ ਅੱਗ ਉਹ 'ਚੋਂ ਕਿੱਥੋਂ ਨਿਕਲ ਜਾਓਗੇ ਤੁਸੀਂ 37 ਵਰ੍ਹਿਆਂ ਦਾ ਇਹ ਮੁੰਡਾ ਜਿਸ ਦੀ ਫੋਟੋ ਮੈਨੂੰ ਗਗਨ ਸਿੰਘ ਹੋਣਾ ਨੇ ਭੇਜੀ ਆ ਨਾ ਮੈਂ ਹਲੇ ਨਹੀਂ ਦੱਸ ਸਕਦਾ ਜਵਾਕ ਨਾਲ ਖੜੇ ਨੇ ਛੋਟੇ ਨੇ ਉਹ ਬਹੁਤ ਬਹੁਤ ਜ਼ਿਆਦਾ ਦੁੱਖ ਦਾ ਸਮਾਂ ਭਾਈਚਾਰੇ ਦੇ ਵਿੱਚ ਹਰ ਹਫ਼ਤੇ ਕੋਈ ਨਾ ਕੋਈ ਇਹੋ ਜਿਹੀ ਗੱਲ ਇੱਕ ਲਈ ਜਨ ਨੂੰ ਆਪਾਂ ਇਕੱਠੇ ਹੋ ਕੇ ਸਾਹ ਭਰਦੇ ਹਾਂ ਜਨ ਨੂੰ ਦੂਸਰਾ ਜਨ ਨੂੰ ਤੀਸਰਾ
ਪਤਾ ਨਹੀਂ ਕੀ ਹੋ ਰਿਹਾ। ਹੁਣ ਇਹ ਟਰੱਕ ਜਿਹੜੇ 2006-07 ਤੋਂ ਬਾਅਦ ਦੇ ਨੇ, ਇਹਨਾਂ ਦਾ ਐਗਜ਼ੌਸਟ ਕੰਟਰੋਲ ਕਰਨ ਲਈ ਇਹ ਜਿਹੜੇ ਡੀਜ਼ਲ ਦੇ ਕਣ ਬਾਹਰ ਜਾਂਦੇ ਨੇ, ਜਿਹਨੂੰ ਡੀਜ਼ਲ ਪਾਰਟੀਕੁਲੇਟ ਫਿਲਟਰ PDPF ਕਹਿੰਦੇ ਨੇ, ਉਹ ਇਹਦੇ ਤੇ ਲੱਗਣਾ ਲੱਗਦਾ ਹੈ। ਮਫਲਰ ਦੇ ਵਿੱਚ ਇੱਕ ਸ਼ੂਟ ਫਿਲਟਰ ਲੱਗਦਾ, ਜਿਹਦੇ ਵਿੱਚ ਇਹ ਅਣਜਲੇ ਕਣ ਜਿਹੜੇ ਨੇ ਡੀਜ਼ਲ ਦੇ, ਉਹ ਆ ਕੇ ਇਕੱਠੇ ਹੋ ਜਾਂਦੇ। ਫਿਰ ਇਹਨਾਂ ਨੂੰ ਸਮੇਂ ਸਿਰ ਸਮੇਂ ਇੱਕ ਜਿਹੜਾ ਜਿਹਨੂੰ ਯੂਰੀਆ ਕਹਿੰਦੇ ਆ, ਨੀਲਾ ਜਿਹੜਾ ਇੱਕ ਪਾਊਡਰ ਹੈ ਜਿਹੜਾ ਵਿੱਚ ਪੈਂਦਾ, ਉਹ ਇਸ ਫਿਲਟਰ ਦੇ ਵਿੱਚ ਅੱਗ ਲਾਉਂਦਾ ਤੇ ਫਿਰ ਇਹ ਕਣ ਮੱਚਦੇ ਆ। ਜਿਹੜੇ ਦੋ ਕਿਸਮ ਦੇ ਰੀਜਨ ਨੇ ਇਹ, ਇੱਕ ਐਕਟਿਵ ਇੱਕ ਪੈਸਿਵ ਹੈ। ਪੈਸਿਵ ਹੈ ਜਿਹੜਾ ਉਹ ਲੱਗਦਾ ਮੋਸਟਲੀ ਜਿਹੜੇ ਹਾਈਵੇ ਦੇ ਟਰੱਕ ਨੇ, ਉਹਦੇ ਵਿੱਚ ਇਹ ਐਗਜ਼ੌਸਟ ਸਿਸਟਮ ਦੇ ਜਦ ਇਹ ਇਕੱਠੇ ਹੋ ਜਾਂਦੇ ਨੇ DPF ਦੇ ਵਿੱਚ, ਕਿਉਂਕਿ ਉਹ ਚੱਲਦਾ ਰਹਿੰਦਾ ਰੈਗੂਲਰ, ਚੱਲਦਾ ਰਹਿੰਦਾ ਰੈਗੂਲਰ, ਉਹਦੀ ਹੀਟ ਨਾਲ ਇਹ ਜਲ ਜਾਂਦੇ। ਸ਼ਹਿਰ ਦੇ ਵਿੱਚ ਆਈਡਲਿੰਗ ਰਹਿੰਦੀ ਹੈ, ਇਹਦੇ ਚ ਐਕਟਿਵ ਹੈ, ਇਹਦੇ ਚ ਜਦ ਇਹ ਸੂਟ ਇਕੱਠੇ ਹੋ ਜਾਂਦੇ ਨੇ DPF ਦੇ ਵਿੱਚ, ਫਿਰ ਇਹਨਾਂ ਚ ਇਹਨੂੰ ਜਾਲਣ ਦੇ ਲਈ ਫਿਰ ਇਹ ਯੂਰੀਆ ਨਾਮ ਦਾ ਜਿਹੜਾ, ਜਿਹਨੂੰ ਯੂਰੀਆ ਕਹਿੰਦੇ ਨੇ, ਰੀਜਨ ਜਿਹੜਾ ਉਹ ਇੰਜੈਕਟ ਹੁੰਦਾ, ਅੱਗ ਲੱਗਦੀ ਹੈ। ਕਈ ਵਾਰ ਚੱਲੇ ਜਾਂਦੇ ਟਰੱਕ ਦੇ ਵਿੱਚੋਂ ਤੁਸੀਂ ਨੀਲਾ ਗਾੜਾ ਧੂੰਆਂ ਦੇਖੋਗੇ, ਉਸ ਸਮੇਂ ਇਹ ਆਨ ਹੋਇਆ ਹੁੰਦਾ, ਬਹੁਤ ਇਹ ਜਲਨਸ਼ੀਲ ਹੈ। ਹੁਣ ਇਹਦੇ ਚ ਕੋਈ ਸਿੱਧ ਤਾਂ ਨਹੀਂ ਹੋਇਆ ਬਈ ਇਹਦਾ ਕਾਰਨ ਆ ਇਹ, ਪਰ ਇੱਕ ਜਿਹੜੀ ਗੱਲ ਦੱਸ ਰਹੇ ਨੇ ਡਰਾਈਵਰ ਫੋਨ ਕਰ ਕਰਕੇ ਕਿ ਬਹੁਤ ਟਰੱਕਾਂ ਨੂੰ ਅੱਗ ਲੱਗ ਰਹੀ ਹੈ ਇਸ DPF ਕਰਕੇ। ਇਹ ਬਹੁਤ ਦੁੱਖ ਦੀ ਖਬਰ ਹੈ। ਹੁਣ ਸਾਹਮਣੇ ਜਾਂਦੇ ਟਰੱਕ ਦੇ ਨੂੰ ਕੋਈ ਫਿਜ਼ੀਕਲੀ ਪ੍ਰੋਬਲਮ ਹੋ ਗਈ, ਵਜ਼ਨ ਬਹੁਤ ਆ ਕੇਨ ਦੇ ਵਿੱਚ ਆਊਟ ਆਫ ਕੰਟਰੋਲ ਹੋ ਗਿਆ, ਜਾਂ ਉਹਦੀ ਕੋਈ ਸਿਹਤ ਦਾ ਵਿਗਾੜ ਪੈ ਗਿਆ, ਜਾਂ ਉਹ ਡਿਸਟ੍ਰੈਕਟ ਹੋ ਰਿਹਾ ਸੀ, ਰੱਬ ਜਾਣਦਾ, ਇਹਨੂੰ ਆਪਾਂ ਰੂਲ ਆਊਟ ਨਹੀਂ ਕਰ ਰਹੇ। ਪਰ ਗੱਲ ਸਿਰੇ ਦੀ ਇੱਕ ਹੈ, ਇਹ ਮੁੰਡਾ ਜਿਹੜਾ ਜਾ ਰਿਹਾ ਸੀ ਡੈਲਟਾ ਪੋਰਟ ਨੂੰ, ਇਹਦੇ ਤਾਂ ਸੱਟਾਂ ਨੇ, ਉਹ ਦੂਸਰਾ ਜਿਹੜਾ ਸਾਡਾ ਭਾਈ ਸੀ ਉਹ ਵਿੱਚੋਂ ਨਾ ਨਿਕਲ ਸਕਿਆ। ਇਹ ਬਹੁਤ ਜਣੀ ਦੇਖਣ ਵਾਲੇ ਵੀ ਉੱਥੋਂ ਹਿੱਲ ਨਹੀਂ ਸਕੇ, ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ, ਇੰਨੇ ਸਟ੍ਰੈਸ ਚਲੇ ਗਏ। ਮੁੰਡੇ ਨੂੰ ਫੋਨ ਕਰਕੇ ਜਿਹਨੇ ਦੱਸਿਆ ਤਾਂ ਗੱਲ ਨਹੀਂ ਸੀ ਹੋ ਰਹੀ, ਕਹਿੰਦਾ ਬਾਈ ਸਾਨੂੰ ਸੁਣਦਿਆਂ ਸੁਣਦਿਆਂ ਰੌਲਾ ਪਾਉਂਦਿਆਂ ਪਾਉਂਦਿਆਂ ਸਾਡਾ ਭਾਈ ਵਿੱਚ ਮੱਚ ਗਿਆ। ਕੀ ਕੀਤਾ ਜਾਊਗਾ, ਕੀ ਕਰਾਂਗੇ? ਇਹੀ ਮੈਂ ਕਹਿਣਾ, ਪਹਿਲਾਂ ਵੀ ਕਹਿਣਾ ਹਟਾ ਵੀ ਜਦ ਸੁੱਖੀ ਵਸਦੀ ਹੈ ਭਾਈਚਾਰਾ ਤਾਂ ਠੰਡੀ ਹਵਾ ਆਉਂਦੀ ਹੈ, ਅਸੀਂ ਸਾਰੇ ਖੁਸ਼ ਹਾਂ। ਠੀਕ ਹੈ, ਉਹਦੇ ਵਿੱਚ ਕੁਛ ਨਾ ਕੁਛ ਗਲਤੀਆਂ ਚੱਲਦੀਆਂ ਨੇ, ਪਰ ਉਹ ਗਲਤੀਆਂ ਨੂੰ ਅਸੀਂ ਗਿਣਦੇ ਨਹੀਂ। ਕੁਛ ਨਾ ਕੁਛ ਗਲਤ ਹੁੰਦਾ ਜਿਹੜਾ ਸਾਡੇ ਵਿਚਾਰਾਂ ਦੇ ਨਾਲ ਨਹੀਂ, ਲੜਾਈ ਹੋ ਗਈ ਕਿਤੇ, ਸ਼ਰਾਬ ਪੀ ਕੇ ਆਹ ਹੋ ਗਿਆ, ਆਹ ਹੋ ਗਿਆ, ਜੋ ਆਖ ਸਾਡੇ ਜਿਹੜੇ ਥੋੜੇ ਜਿਹੇ ਵਿਗੜੈਲ ਨੇ ਇਹਨਾਂ ਨੇ ਕੁਛ ਕਰਤਾ, ਫਿਰ ਵੀ ਅਸੀਂ ਪੈਸਿਵ ਹੋ ਕੇ ਪੋਜ਼ਿਟਿਵ ਹੋ ਕੇ ਤੁਰੇ ਹਾਂ ਵੀ ਕੋਈ ਗੱਲ ਨਹੀਂ, ਇਹ ਵੀ ਠੀਕ ਹੋ ਜੂ, ਇਹ ਵੀ ਠੀਕ ਹੋ ਜੂ। ਸਮਾਂ ਹਰ ਇੱਕ ਭਾਈਚਾਰੇ 'ਚ ਹੁੰਦਾ, ਪਰ ਆਹ ਬੇਵਕਤੀ ਮੌਤ ਘਰੋਂ, ਕਿਸੇ ਦਾ ਪੁੱਤ, ਕਿਸੇ ਦਾ ਘਰ ਵਾਲਾ, ਕਿਸੇ ਦਾ ਪਾਪਾ ਕਮਾਈ ਕਰਨ ਗਿਆ, listening to 1550 AM KRPI Ferndale. The views expressed are not necessarily those of the staff, management, or ownership of this station. ਉਸ ਵੀ ਇਸ ਵੇਬਖਤੀ ਮੌਤ, ਉਹ ਕੇਨ ਪਹਿਲਾ ਲਾ ਕੇ ਜਾਂ ਦੂਜਾ ਵਾਪਸ ਮੁੜਿਆ ਆਉਂਦਾ ਤੇ ਕਿੱਧਰੋਂ ਕਿੱਧਰ ਨੂੰ ਗੱਲ ਜਾ ਵੜੀ। ਬਹੁਤ ਬੁਰੀ ਖਬਰ ਹੈ, ਸਿੱਧੀ ਜਿਹੜੀ ਇਹ ਟੱਕਰ ਹੋਈ ਹੈ। ਯੂਨਾਈਟਡ ਟਰੱਕਰਸ ਐਸੋਸੀਏਸ਼ਨ ਨਾਲ ਗਗਨ ਸਿੰਘ ਨਾਲ ਗੱਲ ਹੋਈ ਸਵੇਰੇ ਪੋਰਟ ਤੇ, ਜਦੇ ਉੱਥੇ ਨੂੰ ਭੱਜੇ ਜਾਣ ਨੂੰ ਸੜਕ ਬੰਦ ਕਰਤੀ, ਸ਼ਾਇਦ ਡੈਲਟਾ ਪੋਰਟ ਅੱਜ ਖੁੱਲੇ ਹੀ ਨਾ, ਕਿਉਂਕਿ ਇਨਵੈਸਟੀਗੇਸ਼ਨ ਹੋਣੀ ਆ ਸਾਰੀ। ਪੁਲਿਸ ਨੇ ਹੁਣ ਕਾਗਜ਼ ਪੱਤਰ ਤਿਆਰ ਕਰਨੇ ਨੇ। ਵਾਇਰਲ ਹੋਈ ਵੀਡੀਓ ਤੁਸੀਂ ਦੇਖ ਰਹੇ ਹੋ, ਲਟਾ ਲਾ ਟਰੱਕ ਮੱਚ ਰਿਹਾ, ਕਿਉਂਕਿ ਮੂਹਰੇ ਡੀਜ਼ਲ ਹੈ ਟਰੱਕ ਦੇ ਵਿੱਚ, ਇੰਜਨ ਤੇ ਡੀਜ਼ਲ ਦੇ ਕਣ ਨੇ, ਡੀਜ਼ਲ ਦੇ ਟੈਂਕ ਨੇ, ਵਿੱਚੇ ਹੀ ਇਹ ਰੀਜਨ ਦਾ ਸਿਸਟਮ ਹੈ ਤੇ ਗਰਮ ਹੈ ਟਰੱਕ ਤੇ, ਬਸ ਹੋਣੀ ਹੈ ਜਿਹੜੀ ਉਹ ਖਿੱਚ ਕੇ ਲਿਜਾਂਦੀ ਹੈ, ਉਹ ਵਸ ਨਹੀਂ ਹੈ ਕਿਸੇ ਦੇ।
ਇਹ ਡਰਾਈਵਰ ਇਸ ਗੱਲ ਤੇ ਕਈ ਵਾਰ ਉਹ ਗੱਲ ਕਰ ਚੁੱਕੇ ਨੇ ਕਿ ਇਹ ਜਿਹੜਾ ਸਿਸਟਮ ਲਾਇਆ DPF ਜਿਹੜਾ ਇਹ ਬਹੁਤ ਵਾਰ ਅੱਗ ਦਾ ਕਾਰਨ ਬਣ ਰਿਹਾ। ਚਲੋ ਇਹ ਤਾਂ ਹੋਇਆ ਹੀ, ਐਕਸੀਡੈਂਟ ਆ, ਸਿੱਧੀ ਹੋਈ ਹੈ ਗੱਲ, ਪਰ ਡੀਜ਼ਲ ਪਾਰਟੀਕੁਲੇਟ ਫਿਲਟਰ ਹੈ ਜਿਹੜਾ DPF ਜਿੱਥੇ ਖਰਚਾ ਵੀ ਆਉਂਦਾ ਮੁੰਡਿਆਂ ਨੂੰ ਲਾਉਣ ਲਈ, 2007 ਤੋਂ ਬਾਅਦ ਇਹ 7 ਤੋਂ ਪਹਿਲਿਆਂ ਨੂੰ ਲਵਾਉਣਾ ਪੈਂਦਾ ਤੇ ਹੁਣ ਇਹ ਸ਼ਾਇਦ ਲੱਗੇ ਹੋਏ ਹੀ ਆਉਂਦਾ ਸਿਸਟਮ ਸਾਰਾ। ਜਿਵੇਂ ਸੇਮ ਟੋਕਨ ਤੁਹਾਡੇ ਜਿਹੜੇ ਕਈ ਡੀਜ਼ਲ SUV ਨੇ ਉਹਨਾਂ ਦੇ ਵਿੱਚ ਪੈਂਦਾ ਨਾ ਬਲੂ ਟੈਕ ਦਾ ਸਿਸਟਮ, ਜਿਹੜਾ ਡੀਜ਼ਲ ਜਿੱਥੇ ਪਾਉਂਦੇ ਉੱਥੇ ਛੋਟਾ ਨਾਲ ਨੀਲੇ ਢੱਕਣ ਵਾਲਾ ਹੋਰ ਹੈ ਇੱਕ, ਉਹਦੇ ਵਿੱਚ ਉਹ ਪ੍ਰੋਡਕਟ ਪੈਂਦਾ। ਯੂਰੀਆ ਕਹਿ ਦਿੰਦੇ ਆਪਾਂ ਨੀਲੇ ਰੰਗ ਦਾ, ਉਹ ਤੇ ਬਲੂ ਟੈਕ ਸਿਸਟਮ ਆ ਉਹ ਡੀਜ਼ਲ ਕਣ ਜਦ ਸਿਸਟਮ ਦੇ ਵਿੱਚ ਐਗਜ਼ੌਸਟ ਦੇ ਵਿੱਚ ਆ ਜਾਂਦੇ ਨੇ ਤਾਂ ਉਹਨਾਂ ਨੂੰ ਸਾੜ ਕੇ ਬਾਹਰ ਕੱਢ ਦਿੰਦਾ। ਇਹ ਸਿਸਟਮ ਜਿਹੜਾ ਇਹ ਮਫਲਰ ਦੇ ਵਿੱਚ ਲੱਗਦਾ। ਪਰ ਇਸ ਅੱਗ ਦੇ ਲਈ ਇਹ ਰੂਲ ਆਊਟ ਨਹੀਂ ਹੋਇਆ, ਪਰ ਮੁੰਡਿਆਂ ਦਾ ਖਦਸ਼ਾ ਇਹ ਹੈ ਕਿ ਇਹ ਬਹੁਤ ਜਲਦੀ ਛੇਤੀ ਇਹ ਹੋ ਜਾਂਦਾ ਹੈ ਜਾਂ ਕੁਛ। ਸੋ ਇਸ ਦੇ ਲਈ ਹੁਣ ਕੁਛ ਨਹੀਂ ਕਰ ਸਕਦੇ, ਖਬਰਾਂ ਦੀ ਉਡੀਕ ਹੈ। ਇੱਧਰੋਂ ਟਰੱਕ ਜਿਹੜਾ ਜਾ ਰਿਹਾ ਸੀ ਉਹਦੇ ਪਿੱਛੇ ਜਾਂਦੇ ਟਰੱਕਾਂ ਨੇ ਜ਼ਰੂਰ ਉਹ ਟਰੱਕ ਦੇਖਿਆ ਲੋਡਡ ਜਿਹੜਾ ਕਿ ਉਹ ਖੱਬੇ ਸੱਜੇ ਜਾ ਰਿਹਾ ਸੀ, ਉਹਦਾ ਕਾਰਨ ਕੀ ਹੋਇਆ ਇਹ ਰੱਬ ਜਾਣਦਾ। ਮੁੰਡਾ ਹੀ ਕਿਤੇ ਨਾ ਡਰਾਈਵਰ ਹੀ ਨਾ ਢਿੱਲਾ ਮੱਸਾ ਹੋ ਗਿਆ ਹੋਵੇ। ਕਈ ਵਾਰ ਤੁਹਾਨੂੰ ਕੋਈ ਸਿਮਟਮ ਇਹੋ ਜਿਹਾ ਬੋਡੀ 'ਚ, ਕੋਈ ਸ਼ੂਗਰ ਜਾਂ ਕੋਈ ਹਾਰਟ ਅਟੈਕ ਜਾਂ ਇਹੋ ਜਿਹਾ ਕੁਛ ਵੀ ਹੋ ਸਕਦਾ। ਨਹੀਂ ਤਾਂ ਲੇਨਸ ਖੁੱਲੀਆਂ ਨੇ, ਦਿਨ ਦਾ ਸਮਾਂ, ਕੋਈ ਰਾਤ ਨਹੀਂ ਹੈ, ਕਾਰਨ ਰੱਬ ਜਾਣਦਾ। ਜਗਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਬਹੁਤ ਮਾੜੀ ਖਬਰ ਹੈਗੀ ਹੈ ਜੀ। ਮੈਂ ਵੀ ਟਰੱਕ ਹੀ ਚਲਾਉਂਦਾ ਸੀ, ਕੰਮ ਕਰਦਾ ਸੀ ਬਾਹਰ, ਮੈਂ ਪ੍ਰੋਗਰਾਮ ਸੁਣ ਰਿਹਾ ਸੀਗਾ ਤੇ ਬਹੁਤ ਦੁਖਦਾਇਕ ਖਬਰ ਹੈਗੀ ਆ। ਤੇ ਵੀਰ ਜੀ ਜਿਹੜੇ DPF ਦੀ ਆਪਾਂ ਗੱਲ ਕਰਦੇ ਸੀਗੇ ਤੁਸੀਂ, ਇਹ DPF ਆਪਣੇ ਇਹ ਹੁਣ ਟਰੱਕਾਂ ਦੇ ਇਕੱਲੇ ਤਾਂ ਡੀਜ਼ਲ ਇੰਜਣ ਹੈ ਨੀ ਗੇ, ਕਿੰਨੀਆਂ ਟ੍ਰੇਨਾਂ ਧੂੰਆਂ ਕਰਦੀਆਂ ਨੇ, ਹਨਾ, ਤੇ ਉਹਨਾਂ ਦੀ ਇਨਵਾਇਰਮੈਂਟਲ ਕਿੱਧਰ ਜਾ ਰਹੀ ਆ ਫਿਰ? ਉਹ ਵੀ ਤਾਂ ਉਹ ਧੂੰਆਂ ਹੀ ਆ ਨਾ, ਡੀਜ਼ਲ ਦਾ ਹੀ ਧੂੰਆਂ ਉਹ ਆ। ਜਾਣੀ ਕਿ ਮੇਰੇ ਕਹਿਣ ਦਾ ਮਤਲਬ ਇਹ ਆ ਵੀਰ ਜੀ ਵੀ ਇਹ ਜਿਵੇਂ ਮਾੜੇ ਬੰਦੇ ਨੂੰ ਜਿਵੇਂ ਢਾਉਣ ਵਾਲੀ ਗੱਲ ਹੁੰਦੀ ਆ ਵੀ ਟਰੱਕ ਵਾਲਿਆਂ ਨੂੰ ਦੱਬ ਲਓ ਬਸ, ਉਹ ਗੱਲ ਤਾਂ ਬਿਲਕੁਲ ਬਾਈ ਉਹਨਾਂ ਦੀ ਗੱਲ ਸਹੀ ਆ, ਉਹ ਅੱਗ ਲਾਉਂਦਾ ਆ ਵੀਰ ਜੀ ਉਹ। ਅੱਛਾ ਜੀ। ਹਾਂਜੀ, ਅੱਗੇ ਵੀ ਜਿਹੜਾ ਡੰਪ ਟਰੱਕ ਦਾ ਹੈਪਨ ਹੋਇਆ ਸੀ ਮੁੰਡੇ ਦਾ 99 ਤੇ, ਸਾਲ ਦੀ ਪਹਿਲਾਂ 2 ਸਾਲ ਗੱਲ ਹੈਗੀ ਆ, ਸੇਮ ਉਹੀ ਸਟੋਰੀ ਹੋਈ ਆ, ਉਹਦੇ ਵੀ DPF ਲੱਗਾ ਸੀਗਾ ਤਾਂ ਕਰਕੇ ਉਹ ਇੱਕਦਮ ਬਲਾਸਟ ਹੋ ਜਾਂਦਾ ਜੀ। ਤੇ ਦੂਜਾ ਕਾਰਨ ਆਪਾਂ ਇਹ ਕਹਿ ਸਕਦੇ ਆ ਟਰੱਕਾਂ ਨੂੰ ਅੱਗ ਚਲੋ ਲੱਗਦੀ ਆ, ਥੱਲੇ ਤੇਲ ਹੁੰਦਾ ਜਾਂ ਕੁਛ ਉਹ ਵੱਧ ਜਾਂਦੀ ਆ, ਹਨਾ, ਪਰ ਮੇਨ ਕਾਰਨ ਇਹ ਹੈਗਾ ਜਿਹੜਾ DPF ਨਾਲ ਲਾਉਂਦੇ ਹੈਗਾ, ਇਹਦੇ ਕਰਕੇ ਜ਼ਿਆਦਾ ਅੱਗ ਭੜਕਦੀ ਆ ਛੇਤੀ। ਇੰਨਾ ਹੀ ਕਹਿਣਾ ਸੀ ਵੀਰ ਜੀ। ਧੰਨਵਾਦ ਜੀ, ਵਧੀਆ ਖਬਰ ਆ ਜਗਵਿੰਦਰ ਸਿੰਘ ਜੀ। ਕੁਛ ਨਹੀਂ ਕਰ ਸਕਦੇ, ਪਰ ਅਰਦਾਸ ਹੈ ਪਰਿਵਾਰ ਦੇ ਨਾਲ, ਦੁੱਖ ਸੁੱਖ ਹੈ ਉਹਨਾਂ ਦੇ ਨਾਲ ਖੜਾਂਗੇ ਜਿੰਨਾ ਵੀ ਹੋ ਸਕਿਆ ਭਾਈਚਾਰੇ ਨੂੰ ਨਾਲ ਇਕੱਠਾ ਕਰਕੇ। ਇਹੀ ਆ ਹੁਣ ਅੱਗੇ ਜਿਹੜਾ ਨੈਕਸਟ, ਇਹੀ ਸੋਚ ਸਕਦੇ ਹਾਂ। ਐਡਮਿੰਟਨ ਵੀ ਕੱਲ ਇੱਕ ਡੰਪ ਟਰੱਕ ਨੂੰ ਅੱਗ ਲੱਗੀ ਸਡਨ ਧਮਾਕੇ ਨਾਲ। ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਲੋਕਲ ਟਰੱਕਿੰਗ ਵਾਲੇ ਹੈ, ਪਲੀਜ਼ ਚੈੱਕ ਕਰੋ ਟਰੱਕਾਂ ਦਾ ਇਸ਼ੂ ਕੀ ਹੈ, ਤੇ ਇਸ ਤੇ ਜੇ ਕੁਛ ਤੁਹਾਨੂੰ ਲੱਗਦਾ ਕਿ ਕੁਝ ਨਾ ਕੁਝ ਅਜਿਹਾ ਜਿਹੜਾ ਗੜਬੜ ਹੈ ਤਾਂ ਉਸ ਤੇ ਉਸਨੂੰ ਆਪਾਂ ਉਹਦਾ ਖਿਆਲ ਕਰੀਏ ਕਿਉਂਕਿ ਹੋਰ ਨੁਕਸਾਨ ਨਾ ਹੋਵੇ, ਇਹ ਬਹੁਤ ਜ਼ਰੂਰੀ ਹੈ। ਦੂਸਰੀ ਜਿਹੜੀ ਮੈਂ ਹੁਣ ਇਹਦੇ ਤੇ ਗੱਲ ਆਪਾਂ ਕੀ ਕਰ ਸਕਦੇ ਹਾਂ, ਮੈਨੂੰ ਸਮਝ ਨਹੀਂ ਆਉਂਦੀ ਬਈ ਹੋਰ ਜਿਹੜੀਆਂ, ਕਿਉਂਕਿ ਰਿਪੋਰਟ ਜਿਹੜੀ ਹੈ ਪਤਾ ਤਾਂ ਆਪਾਂ ਨੂੰ ਲੱਗ ਗਿਆ, ਨਾਂ ਦਾ ਵੀ ਪਤਾ ਲੱਗ ਗਿਆ, ਟਰਾਂਸਪੋਰਟਾਂ ਦਾ ਵੀ ਪਤਾ ਲੱਗ ਗਿਆ। ਚਲੋ ਉਹ ਤਾਂ ਹੁਣ ਉਹਦੇ ਦੱਸਣ ਨਾਲ ਕੋਈ ਫਰਕ ਨਹੀਂ ਪੈਣਾ, ਪਰ ਮੁਸ਼ਕਲ ਇਹ ਹੋ ਗਈ ਕਿ ਬਹੁਤ ਮਾੜੀ ਘਟਨਾ ਹੋਈ ਹੈ। ਦੂਸਰੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਅੱਜ ਕਰਨੀ ਚਾਹੁੰਦਾ, ਪਿਛਲੇ ਦਿਨੀ ਮੈਂ ਪੂਨੀ ਪਰਿਵਾਰ ਦੀ ਗੱਲ ਤੁਹਾਨੂੰ ਦੱਸੀ ਸੀ, ਜੀਤੀ ਪੂਨੀ ਤੇ ਉਹਦੀਆਂ ਭੈਣਾਂ ਦੇ ਨਾਲ ਛੋਟਿਆਂ ਹੁੰਦੇ ਜਿਹੜਾ ਉਹਨਾਂ
ਦਾ ਜਿਸਮੀ ਜਿਨਸੀ ਸ਼ੋਸ਼ਣ ਹੁੰਦਾ ਰਿਹਾ, ਉਹਦੇ ਵਿੱਚ ਜਿਹੜਾ ਪੁਲਿਸ ਨੇ ਚਾਰਜ ਕੀਤਾ ਸੀ ਬੰਦਾ, ਉਹਨਾਂ ਦਾ ਫਸਟ ਕਜ਼ਨ ਜਿਹੜਾ 6 ਅਪ੍ਰੈਲ ਨੂੰ ਕਨਵਿਕਟ ਹੋਇਆ 2018 ਦੇ ਵਿੱਚ, ਪੂਨੀ ਜੀਤੀ ਪੂਨੀ ਉਹਦੀ ਸਿਸਟਰ ਸੁਲਕਸ਼ਨਾ ਸੁਰਜੀਤ ਪੂਨੀ ਤੇ ਕਜ਼ਨ ਰਜਿੰਦਰ ਰਾਣਾ, ਉਹ ਮਨਜੀਤ ਸਿੰਘ ਵਿਰਕ ਜਿਹੜਾ ਕਨਵਿਕਟ ਹੋਇਆ ਸੀ ਇਹਦੇ ਵਿੱਚ, ਉਹ ਇਹਦੇ ਵਿੱਚੋਂ ਇਹ ਕੇਸ ਬੰਦ ਕਰਾਉਣ ਦੇ ਵਿੱਚ ਕਾਮਯਾਬ ਹੋ ਗਿਆ ਕਿ ਇਹਦੇ ਵਿੱਚ ਉਹਨੇ ਚਾਰਜ BC ਸੁਪਰੀਮ ਕੋਰਟ ਦੇ ਜੱਜ ਨੇ ਚਾਰਜ ਸਟੇ ਕਰਦੇ, ਕਨਵਿਕਸ਼ਨ ਸਟੇ ਕਰ ਦਿੱਤੀਆਂ ਕਿ ਕੋਰਟ ਡਿਲੇ ਹੋਈ ਹੈ ਇਹਦੇ ਚ। ਇਹ ਹੁਣ ਜੀਤੀ ਪੂਨੀ ਉਹਨਾਂ ਨੇ ਰੇਡੀਓ ਤੇ CBC ਤੇ ਆ ਕੇ ਇਹ ਗੱਲ ਦੱਸੀ ਹੈ। ਗੱਲ ਇਹ ਹੋਈ ਹੈ ਕਿ July 8, 2006 ਨੂੰ ਜੋਰਡਨ ਡਿਸੀਜ਼ਨ ਇੱਕ ਸੁਪਰੀਮ ਕੋਰਟ ਸਾਡੇ ਕੈਨੇਡਾ ਦੇ ਨੇ ਕੀਤਾ, ਜਿਹਦੇ ਵਿੱਚ ਇੱਕ ਡਰੱਗ ਟ੍ਰੈਫਿਕਰ ਦਾ ਕੇਸ ਸੁਪਰੀਮ ਕੋਰਟ ਦੇ ਵਿੱਚੋਂ ਚਾਰਟਰ ਆਫ ਰਾਈਟਸ ਦੇ ਥੱਲੇ ਰਾਈਟ ਟੂ ਬੀ ਟ੍ਰਾਈਡ ਵਿਦ ਇਨ ਰੀਜ਼ਨੇਬਲ ਟਾਈਮ, ਡਿਲੇ ਆਫ ਮੋਰ ਦੈਨ 4 ਈਅਰਸ ਬਿਟਵੀਨ ਚਾਰਜਸ ਐਂਡ ਐਂਡ ਆਫ ਟ੍ਰਾਇਲ, ਤੇ ਉਹਦੇ ਵਿੱਚੋਂ ਇਹ ਜਿਹੜਾ ਜੋਰਡਨ ਹੈ ਜਿਹੜਾ December 2008 ਵਿੱਚ ਡਾਇਲ ਡੋਪ ਓਪਰੇਸ਼ਨ ਦੇ ਵਿੱਚ ਫੜਿਆ ਗਿਆ ਡਰੱਗ ਵੇਚਣ ਚ, ਉਹਦੀ ਟ੍ਰਾਇਲ ਆ ਜਿਹੜੀ ਉਹ February 2003 ਦੇ ਵਿੱਚ ਜਿਹੜੀ ਉਹ ਖਤਮ ਹੋਈ ਸੀ। ਤੋਂ ਇਸ 4 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਉਸਨੇ ਸੁਪਰੀਮ ਕੋਰਟ ਚ ਕੇਸ ਕਰਤਾ, 5 ਤੇ 4 ਦੇ ਫਰਕ ਦੇ ਨਾਲ ਉਹ ਸੁਪਰੀਮ ਕੋਰਟ ਦੇ ਵਿੱਚੋਂ ਜਿੱਤ ਗਿਆ। ਵਕੀਲ ਜਿਹੜਾ ਕੀ ਕਰਦੇ ਨੇ, ਵਕੀਲ ਪ੍ਰੈਸੀਡੈਂਟ ਸੈੱਟ ਹੋਏ ਜਿਹੜੇ ਕੇਸ ਨੇ ਲੱਭ ਕੇ ਕੱਢ ਕੇ ਉਹ ਜੱਜ ਦੇ ਮੂਹਰੇ ਪੇਸ਼ ਕਰਕੇ ਉਸ ਦੀ ਬਿਨਾਂ ਤੇ ਫਿਰ ਕੇਸ ਜਿੱਤਦੇ ਆ। ਹੁਣ ਇਹ ਜੋਰਡਨ ਵਾਲੇ ਡਿਸੀਜਨ ਤੇ July 8, 2016 ਤੋਂ July 8 ਚ, ਤੇ ਇਹਦੇ ਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਚਾਰਜ ਉਹ ਸਟੇ ਹੋ ਰਹੇ ਨੇ। ਹੁਣ ਇਹ ਡਿਸੀਜਨ ਜਿਹੜਾ 5-4 ਦੀ ਰੂਲਿੰਗ ਚ ਆਇਆ, ਉਹ ਡਿਸੀਜਨ ਚ ਇਹ ਆ ਕਿ ਡੈਡਲਾਈਨ 18 ਮਹੀਨੇ ਦੀ ਆ ਪ੍ਰੋਵਿੰਸ਼ੀਅਲ ਕੋਰਟ ਟ੍ਰਾਇਲ ਦੀ, 30 ਮਹੀਨੇ ਦੀ ਸੁਪੀਰੀਅਰ ਕੋਰਟ ਦੀ, ਬਸ ਇਸ ਤੋਂ ਵੱਧ ਨਹੀਂ। ਹੁਣ ਇਹ 11 ਸਾਲ ਦੀ ਉਮਰ ਦੇ ਵਿੱਚ 1980 ਦੇ ਵਿੱਚ ਜਦ ਪਹਿਲੀ ਵਾਰ ਜੀਤੀ ਪੂਨੀ ਜਿਹੜੀ ਸੈਕਸ਼ੂਅਲੀ ਅਸਾਲਟ ਕੀਤੀ ਗਈ, ਤੇ ਫਿਰ ਉਹ ਇਸੇ ਸ਼ਰਮ ਦੇ ਵਿੱਚ ਇਸੇ ਡਰ ਦੇ ਵਿੱਚ ਆਪਣੀ ਸਾਰਾ ਬਚਪਨਾ ਇਹਦੇ ਵਿੱਚ ਦੀ ਲੰਘੀ। 22 ਸਾਲ ਦੀ ਉਮਰ ਚ ਉਸਨੇ ਆਪਣੀਆਂ ਭੈਣਾਂ ਨੂੰ ਦੱਸਿਆ, ਜਦ ਭੈਣਾਂ ਨੂੰ ਦੱਸਿਆ ਭੈਣਾਂ ਨੇ ਕਿਹਾ ਕਹਿੰਦੀ ਸਾਡੇ ਨਾਲ ਵੀ ਇਹੀ ਹੋ ਰਿਹਾ। ਫਿਰ ਮਾਪਿਆਂ ਨੂੰ ਦੱਸਿਆ, ਮਾਪੇ ਇਸ ਇਸ਼ੂ ਨੂੰ ਵੀ ਫੈਮਿਲੀ ਦੀ ਇਸ਼ੂ ਆ, ਇਸ ਨੂੰ ਬਾਹਰ ਨਹੀਂ ਲੈ ਕੇ ਜਾਣਾ। ਅਖੀਰ 2007 ਦੇ ਵਿੱਚ ਉਸਨੇ ਪੁਲਿਸ ਕੋਲ ਰਿਪੋਰਟ ਕੀਤੀ। 4 ਸਾਲ ਹੋਰ ਲੰਘ ਗਏ ਤੇ 2011 ਚ ਜਿਹੜੇ ਚਾਰਜਿਸ ਨੇ ਵਿਰਕ ਦੇ ਖਿਲਾਫ ਲਿਆਂਦੇ, ਉਹਦੇ ਬਾਅਦ 8 ਸਾਲ ਹੋਰ ਲੰਘ ਗਏ ਜਦ ਉਹ ਕਨਵਿਕਟ ਹੋਇਆ। 11 ਤੋਂ ਲੈ ਕੇ ਹੁਣ ਤੱਕ ਉਹ ਜਿਹੜੇ 4 ਉਹਦੇ ਤੇ ਚਾਰਜਸ ਲੱਗੇ ਜਿਹ 'ਚ ਕਨਵਿਕਟ ਹੋਇਆ ਉਹਦੇ ਬਾਅਦ ਹੁਣ ਉਸਨੇ ਇਸ ਬਿਨਾਂ ਦੇ ਉੱਪਰ ਆਪਣਾ ਕੇਸ ਜਿੱਤ ਲਿਆ ਕਿ ਇਸ ਨੂੰ ਰੀਜ਼ਨੇਬਲ ਟਾਈਮ ਹੋ ਗਿਆ, ਇਹ ਟਾਈਮ ਤੋਂ ਉੱਪਰ ਚਲੇ ਗਿਆ। ਹੁਣ ਇਹਦਾ ਕਾਰਨ ਕੀ ਹੈ, ਇਹਦਾ ਇਸ਼ੂ ਕੀ ਹੈ, ਇਸ ਨੂੰ ਸਮਝਿਓ ਕਿ ਇਹ ਅਪਰਾਧੀ ਇਹਨਾਂ ਅਦਾਲਤਾਂ ਦੇ ਵਿੱਚੋਂ ਨਿਕਲ ਕਿਵੇਂ ਜਾਂਦੇ ਆ। ਉਹਦਾ ਕਾਰਨ ਹੈ ਇੱਕ ਕਿ ਸਾਡੀਆਂ ਅਦਾਲਤਾਂ ਬਹੁਤ ਬਿਜ਼ੀ ਨੇ, ਨਾ ਸਾਡੇ ਕੋਲ ਜੱਜ ਨੇ ਉਨੇ, ਨਾ ਸਾਡੇ ਕੋਲ ਵਕੀਲ ਨੇ ਉਨੇ, ਨਾ ਸਾਡੇ ਕੋਲ ਇਨਫਰਾਸਟ੍ਰਕਚਰ ਨੇ ਉਨੇ। ਦੁਨੀਆ ਦਾ ਰਾਹ ਦਸੇਰਾ ਦੇਸ਼ ਜਿਹੜਾ ਦੁਨੀਆ ਦੇ ਵਿੱਚ ਜਾ ਕੇ ਮਨੁੱਖਤਾ ਦੀ ਗੱਲ, ਮਨੁੱਖਤਾ ਦੇ ਅਲੰਬਰਦਾਰੀ ਦੀ ਗੱਲ, ਮਨੁੱਖੀ ਹੱਕਾਂ ਦੀ ਗੱਲ, ਉਹਦੇ ਆਪਣੇ ਝੰਡੇ ਥੱਲੇ ਇਹੋ ਜਿਹੇ ਰੇਪਿਸਟ ਜਿਹੜੇ ਨੇ ਉਹ ਭੋਲਾ ਭਰ ਬਾਲੜੀਆਂ ਦੀ ਜ਼ਿੰਦਗੀ ਬਿਲਕੁਲ ਨਰਕ ਚ ਸਿੱਟ ਕੇ ਬਰੀ ਹੋ ਕੇ ਕਿਉਂ ਨਿਕਲਦੇ ਵਿੱਚ ਦੀ। ਅੱਜ ਇਹਨਾਂ ਪੂਨੀ ਸਿਸਟਰਸ ਦਾ ਜ਼ਿੰਦਗੀ ਦੇ ਵਿੱਚ ਜਿਹੜਾ ਤੁਰੇ ਫਿਰਨਾ, ਹੁਣ ਗੱਲ ਇਹ ਆ ਵੀ ਨਾਲੇ ਲੋਕਾਂ ਚ ਗੱਲ ਆਈ, ਨਾਲੇ ਜਿਹੜਾ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਈ। ਮੈਨੂੰ ਦੱਸੋ ਇਹ ਕਿਹੋ ਜਿਹਾ ਕੈਨੇਡੀਅਨ ਜਸਟਿਸ ਸਿਸਟਮ ਹੈ ਜਿਹਦੇ ਵਿੱਚੋਂ ਅਦਾਲਤਾਂ ਦੇ ਵਿੱਚੋਂ ਬੰਦੇ ਬਰੀ ਹੋ ਰਹੇ ਨੇ ਕਿ ਇਹਨੂੰ ਸਮਾਂ ਹੋ ਗਿਆ, ਕਿਉਂਕਿ
ਨਾ ਜਿਹੜਾ ਬਚਾਓ ਪੱਖ ਦਾ ਵਕੀਲ ਆ ਉਹਨੇ ਆਪਣਾ ਬੰਦਾ ਬਚਾਉਣਾ, ਉਹਨੇ ਉਸ ਚੀਜ਼ ਦੀ ਫੀਸ ਲਈ ਆ। ਸਰਕਾਰੀ ਪੱਖ ਦੇ ਵਕੀਲਾਂ ਨੇ ਦੋਸ਼ੀ ਨੂੰ ਸਜ਼ਾ ਦੇਣ ਲਈ ਕੋਸ਼ਿਸ਼ ਕਰਨੀ ਆ। ਚਾਰਜ ਕੀਤਾ ਬੰਦਾ ਜਦ ਤੱਕ ਗਿਲਟੀ ਨਹੀਂ ਹੁੰਦਾ ਉਹ ਇਨੋਸੈਂਟ ਹੈ। ਉਹਦੇ ਦੌਰਾਨ ਉਹ ਸਮਾਂ ਲੰਘ ਗਿਆ ਜਦ ਉਹਦੇ ਵਿੱਚੋਂ ਜੋਰਡਨ ਕੇਸ ਦੇ ਬਿਨਾਂ ਤੇ ਲੋਕ ਬਰੀ ਹੋ ਰਹੇ ਨੇ। ਹੁਣੇ ਇੱਕ ਕਨਵਿਕਟ ਹੋਇਆ ਬੰਦਾ ਉਸਨੇ ਇਸ ਚੀਜ਼ ਤੇ ਕੇਸ ਕਰ ਦਿੱਤਾ ਕਿ ਕਿਉਂਕਿ ਮਨੁੱਖਤਾ ਤਾਂ ਹੈ ਹੀ ਨਹੀਂ ਨਾ, ਕੋਈ ਮਨੁੱਖਤਾ ਵਾਲੀ ਇਹ ਚ ਕਹਾਣੀ ਹੋ ਨਹੀਂ। ਜਿਹਨੇ ਰਹਿੰਦੇ ਆ ਇੱਕ ਛੱਤ ਥੱਲੇ ਆਪਣੇ ਸਕੇ ਕਜ਼ਨ ਇੱਕ ਨਹੀਂ ਤਿੰਨ ਜਿਹਨਾਂ ਨੂੰ ਭਾਜੀ ਕਹਿ ਕੇ ਉਹ ਬੁਲਾਉਂਦੇ, ਉਹਨੇ ਤਿੰਨ ਇਹ ਜਿਹੜੇ ਹਲੇ ਕਲੀਆਂ ਜਿਹਨਾਂ ਨੇ ਸੰਗੰਧਾਂ ਦੇਣੀਆਂ ਸੀ ਉਹਨਾਂ ਨੂੰ ਮਰਜਾਤਾ, ਉਹਨਾਂ ਨੂੰ ਮਸਲਤਾ, ਫਾਈਨਲੀ ਬੰਦਾ ਉਹ ਕੇਸ ਦੇ ਵਿੱਚੋਂ ਬਰੀ ਹੋ ਗਿਆ। ਹੁਣ ਇਹਦਾ ਕਾਰਨ ਸੁਪਰੀਮ ਕੋਰਟ ਲੋਅਰ ਕੋਰਟ ਉਹਦੇ ਚ ਬਿਲਕੁਲ ਸਲੱਗ ਹੈ, ਬਿਲਕੁਲ ਉਹ ਜੈਮ ਹੋਈਆਂ ਪਈਆਂ ਨੇ, ਜਿਹਦੇ ਲਈ ਚਾਰ ਚਾਰ ਸਾਲ ਪੰਜ ਪੰਜ ਸਾਲ ਟ੍ਰਾਇਲਾਂ ਨਹੀਂ ਖੁੱਲਦੀਆਂ। ਜਾਨੂ ਬੰਦੇ ਇਸ ਬਿਨਾਂ ਤੇ ਕਿ 18 ਮਹੀਨੇ ਤੇ 30 ਮਹੀਨੇ ਪਤਾ ਹੀ ਹੁੰਦਾ ਉਹਨਾਂ ਨੂੰ ਵੀ ਸਾਨੂੰ ਸਜ਼ਾ ਹੋਣੀ ਹੋਣੀ। ਇਹਦੇ ਚ ਹੁਣ 4 ਸਾਲ ਤਾਂ ਲਾਤੇ ਆਰ ਸੀ ਐਮ ਪੀ ਨੇ 2007 ਚ, ਪਹਿਲਾਂ ਘਰੇ ਗੱਲਾਂ ਹੁੰਦੀਆਂ ਰਹੀਆਂ, 7 ਚ ਉਹ ਗਈ, 4 ਸਾਲ ਇਹਨਾਂ ਦੇ ਉੱਪਰ ਆਰ ਸੀ ਐਮ ਪੀ ਨੇ ਲਾਤੇ। ਪੁਰਾਣਾ ਕਿਉਂਕਿ 1980 ਦਾ ਇਹ ਸਮਾਂ ਸੀ, ਉਹਦੇ ਵਿੱਚੋਂ ਉਸ ਸਮੇਂ ਕਿਹੋ ਜਿਹਾ ਸਿਸਟਮ, ਕਿਹੋ ਜਿਹੀ ਕੋਈ ਫੋਰੈਂਸਿਕ ਜਾਂ ਕੋਈ ਕਿਸੇ ਕਿਸਮ ਦੇ ਆਪਣੇ ਐਵੀਡੈਂਸ ਨਹੀਂ ਸੀ। ਪੁਲਿਸ ਨੇ ਉਹਦੇ ਤੇ ਮਿਹਨਤ ਕੀਤੀ ਹੋਈ, 4 ਸਾਲ ਉਹਨਾਂ ਨੇ ਲਾਏ, 2011 ਚ ਲਿਆਂਦਾ, ਫਿਰ 8 ਸਾਲ ਲੱਗ ਗਏ ਉਸਨੂੰ ਕਨਵਿਕਟ ਕਰਨ ਲਈ, ਤੇ ਉਹਦੇ ਬਾਅਦ ਖਤਮ ਕਹਾਣੀ। ਉਹ ਹੁਣ ਇਹਦੇ ਵਿੱਚੋਂ ਬਰੀ ਹੋ ਗਿਆ। ਬਰੀ ਕੀ, 4 ਸਟੇ ਕਰ ਦਿੱਤੇ, 4 ਸਟੇ ਮਤਲਬ ਜੱਜ ਨੇ ਕਹਿਤਾ ਇਹਨੂੰ ਸਮਾਂ ਬਹੁਤ ਲੱਗ ਗਿਆ ਬਸ। ਹੁਣ ਪਬਲਿਕ ਦੇ ਟੈਕਸ ਡਾਲਰਸ, ਮਲਟੀ ਮਿਲੀਅਨ ਡਾਲਰਸ ਇਸ ਤੇ ਲੱਗੇ, ਪੁਲਿਸ ਨੇ ਲਾਏ, ਕਚਹਿਰੀਆਂ ਚ ਲੱਗੇ, ਤੇ ਟੈਕਸ ਪੇਅਰਸ ਕੈਨੇਡੀਅਨਸ ਨੇ ਜਿਹੜੇ ਉਹਨਾਂ ਨੇ ਜੇਬਾਂ ਚੋਂ ਪੈਸੇ ਦਿੱਤੇ। ਖਤਮ ਕਹਾਣੀ। ਜਿਵੇਂ 5 ਦਿਨ ਟੈਕਸ ਕ੍ਰਿਕਟ ਟੈਸਟ ਮੈਚ ਖੇਡ ਕੇ 5ਵੇਂ ਦਿਨ ਬਰਾਬਰ ਹੋ ਜਾਂਦਾ, ਇਹੋ ਜਿਹਾ ਕੰਮ ਹੋਇਆ। ਉਹਨੇ ਕੱਲ ਜੀਤੀ ਪੂਨੀ ਨੇ ਸਿੱਧੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਓਪਨਲੀ ਫੇਸਬੁੱਕ ਵੀਡੀਓ ਤੇ ਐਡਰੈਸ ਹੋ ਕੇ ਕਿਹਾ ਕਿ ਇਹ ਡੀਹਿਊਮਨਾਈਜ਼ਿੰਗ ਆ ਜਿਹੜਾ, ਇਹਦੇ ਵਿੱਚੋਂ ਇਹ ਬੰਦਾ ਜਿਹੜਾ ਇਨਕੁਆਇਰੀ ਦੇ ਵਿੱਚੋਂ ਨਿਕਲਿਆ, ਤੇ ਗਵਰਨਮੈਂਟ ਨੂੰ ਇਹਦੇ ਤੇ ਲਾਂਚ ਕਰਨੀ ਚਾਹੀਦੀ ਇਨਕੁਆਇਰੀ, ਇਸ ਦੀ ਗੱਲ ਚੱਲ ਰਹੀ। 3 ਭੈਣਾਂ ਦਾ ਇਨਸਾਫ ਹੈ ਜਿਹੜਾ, ਉਹਨਾਂ ਨੂੰ ਇਹ ਇਨਸਾਫ ਨਾਲ ਮਿਲਿਆ ਵਕਤ ਤੇ। ਹੁਣ ਕਿਹਦੀ ਗਲਤੀ ਹੈ ਇਹਦੇ ਚ? ਉਹਨੇ 2007 ਦੇ ਵਿੱਚ ਦੱਸਤਾ, 2007 ਤੋਂ 2019 ਤੱਕ 12 ਸਾਲ ਅਦਾਲਤਾਂ ਦੇ ਗੇੜੇ, ਐਡਜਰਨਡ ਐਡਜਰਨਡ ਐਡਜਰਨਡ, ਹਰ ਵੀਕ ਹਰ ਨਵੀਂ ਤਰੀਕ, ਹਰ ਨਵੀਂ ਤਰੀਕ, ਹਰ ਨਵੀਂ ਤਰੀਕ, ਇਵੈਂਚੁਅਲੀ ਜ਼ੀਰੋ। ਵਪਾਰਕ ਸੰਦੇਸ਼, ਇਸ ਵਿਸ਼ੇ ਤੇ ਤੁਹਾਡੀਆਂ ਮੈਂ ਕਾਲਜ ਲੈਣੀਆਂ ਚਾਹੁੰਦਾ, 1-844-247-1550 1-844-247-1550। ਮਨੁੱਖਤਾ ਦੇ ਨੰਬਰਦਾਰ ਦੇਸ਼ ਦੇ ਵਿੱਚ ਮਨੁੱਖੀ ਕਦਰਾਂ ਕੀਮਤਾਂ ਨਿੱਤ ਖੂਹ ਚ ਪੈ ਰਹੀਆਂ ਨੇ, ਅਦਾਲਤਾਂ ਚੋਂ ਬੰਦੇ ਦੋਸ਼ੀ ਤੁਰ ਕੇ ਉਹ ਨਿਕਲ ਜਾਂਦੇ ਆ ਜਾ ਕੇ ਵੀ ਆਹ ਚੱਲੇ ਤੁਰੇ, 18 ਮਹੀਨੇ ਤੇ 30 ਮਹੀਨੇ ਦਾ ਸਮਾਂ ਹੀ ਕੱਖ ਨਹੀਂ। ਕਿਉਂ? ਇਹਦੇ ਵਿੱਚੋਂ ਇੱਕ ਪ੍ਰੈਸੀਡੈਂਟ ਜਿਹੜਾ ਸੁਪਰੀਮ ਕੋਰਟ ਦਾ ਸੈੱਟ ਹੋਇਆ ਹੋਇਆ, ਉਸ ਪ੍ਰੈਸੀਡੈਂਟ ਦੇ ਵਿੱਚ ਜਿਹੜਾ ਜੋਰਡਨ ਵਾਲਾ ਕੇਸ ਹੈ, ਉਹ ਉਸਨੇ ਚਾਰਟਰ ਆਫ ਰਾਈਟਸ ਦੇ ਥੱਲੇ ਕੰਸਟੀਟਿਊਸ਼ਨਲ ਲਾਅ, ਇਹ ਚਾਰਟਰ ਆਫ ਰਾਈਟਸ ਹੈ, ਰੀਜ਼ਨੇਬਲ ਟਾਈਮ 'ਚ ਜਿਹੜਾ ਟ੍ਰਾਇਕ ਹੋਣਾ ਚਾਹੀਦਾ, 4 ਸਾਲ ਤੋਂ ਵੱਧ ਜੇ ਸਮਾਂ ਲੰਘ ਗਿਆ ਤਾਂ ਐਂਡ ਆਫ ਟ੍ਰਾਇਲ ਹੈ, ਮਤਲਬ ਚਾਰਜਸ ਜਿਸ ਦਿਨ ਬੰਦੇ ਤੇ ਚਾਰਜ ਲੱਗੇ ਤੇ ਉਸ ਗਾਂ ਮੁਕੱਦਮਾ ਮੁੱਕਣਾ ਚਾਹੀਦਾ 4 ਸਾਲਾਂ 'ਚ, ਜੇ ਨਹੀਂ ਮੁੱਕਦਾ ਚਾਰਜਸ ਜਿਹੜੇ ਨੇ ਸਟੇ ਕਰ ਦੇਣੇ ਨੇ। ਇਸ ਦੇ ਵਿੱਚ ਜਿਹੜਾ ਕੇਸ, ਇਹਦੇ ਚ ਕਨਵਿਕਸ਼ਨ ਹੋਈ ਹੋਈ 18 ਦੇ ਵਿੱਚ, ਅਪੀਲ ਤੋਂ ਬਾਅਦ ਅਪੀਲ ਦੇ ਵਿੱਚੋਂ ਇਹ ਵਿਰਕੋਣੀ ਕੇਸ ਜਿੱਤਿਆ ਕਿ ਇਸ ਨੂੰ ਬਹੁਤ ਸਮਾਂ ਲੱਗ ਗਿਆ, ਸੋ ਮੈਨੂੰ ਫੇਅਰ ਟ੍ਰਾਇਲ ਨਹੀਂ ਮਿਲੀ। ਬਸ ਇਹੀ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਕਿ
ਇਹਦੇ ਵਿੱਚ ਹੁਣ ਸਾਰਾ ਕੋਰਟ ਸਿਸਟਮ ਦੇ ਵਿੱਚ ਉਹਦਾ ਕਾਰਨ ਕੋਰਟ ਸਿਸਟਮ ਦੇ ਵਿੱਚ ਇਹ ਹੈ ਕਿ ਰਾਦਰ ਇਹਦੇ ਵਿੱਚ ਇੱਕ ਡਾਕੂਮੈਂਟਰੀ ਵੀ ਉਹਨਾਂ ਨੇ ਬਣਾਈ ਬਿਕੋਜ਼ ਵੀ ਆਰ ਗਰਲਸ, ਇਹ ਵੀ ਜਿਹੜੀ ਟੋਰਾਂਟੋ ਫਿਲਮ ਫੈਸਟੀਵਲ ਦੇ ਵਿੱਚ ਇਹ ਦਿਖਾਈ ਗਈ ਹੈ। ਚਾਈਲਡਹੁੱਡ ਦੇ ਵਿੱਚ ਵਿਲੀਅਮਸ ਲੇਕ ਦੇ ਵਿੱਚ ਹੋਇਆ ਤੇ ਪਰ ਅੰਤ ਇਸਦਾ ਕੁਛ ਨਹੀਂ ਹੋਇਆ। ਇਹਨਾਂ ਅਦਾਲਤਾਂ ਦੇ ਵਿੱਚ ਜਿੱਥੇ ਅਦਾਲਤਾਂ ਦੇ ਵਿੱਚ ਵਕੀਲਾਂ ਦੀ ਕਮੀ ਹੈ, ਜੱਜਾਂ ਦੀ ਕਮੀ ਹੈ, ਇਨਫਰਾਸਟ੍ਰਕਚਰ ਦੀ ਕਮੀ ਹੈ, ਪੁਲਿਸ ਜਿਹੜੀ ਅੰਡਰ ਸਟਾਫ ਹੈ, ਫੋਰੈਂਸਿਕ ਲੈਬ ਜਿਹੜੀਆਂ ਨੇ ਕੰਜ਼ਰਵੇਟ ਵੇਲੇ ਬੰਦ ਕੀਤੀਆਂ ਗਈਆਂ ਸੀ, ਤਾਂ ਉਹ ਇਹ ਸਾਰਾ ਕੁਝ ਪਹਿਲਾਂ ਪੁਲਿਸ ਚਾਰਜਸ ਲਾਉਣ ਲਈ ਵਰ੍ਹਿਆਂ ਦਾ ਸਮਾਂ ਮੰਗਦੀ ਹੈ, ਫਿਰ ਉਹ ਚਾਰਜ ਮਨਾਉਂਦੀ ਹੈ, ਕਰਾਊਨ ਦੇ ਕੇਸ ਜਿੱਤਣ ਜੋਗਾ ਹੈ, ਫਿਰ ਜਦ ਕੋਰਟਸ ਦੇ ਵਿੱਚ ਰਜਿਸਟਰੀ ਹੋ ਜਾਂਦੀ ਆ, ਫਿਰ ਥੱਬਿਆਂ ਦੇ ਥੱਬੇ ਕੇਸ ਪਏ ਨੇ, ਚਾਰ ਚਾਰ ਸਾਲ ਟਰਾਇਲ ਨਹੀਂ ਮਿਲਦੀ, ਜਾਂ ਮਹਿੰਗੇ ਵਕੀਲ ਗਾਹਾਂ ਤਰੀਕਾਂ ਲਈ ਜਾਂਦੇ ਨੇ, ਅਖੀਰ ਜਿਹੜਾ ਇਸ ਤਰ੍ਹਾਂ ਗੱਲ ਹੁੰਦੀ ਹੈ ਜਿਸ ਤਰ੍ਹਾਂ ਪੂਨੀ ਸਿਸਟਰਸ ਦੇ ਬਾਰੇ ਹੋਈ ਹੈ। ਸੁਖਵਿੰਦਰ ਸਿੰਘ ਜੀ, ਤੁਸੀਂ ਇਹ ਤੇ ਕੀ ਕਹਿਣਾ ਚਾਹੁੰਦੇ ਹੋ? ਹੈਲੋ ਸੁਖਵਿੰਦਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਅੰਗਲ ਸਾਹਿਬ, ਆ ਬਹੁਤ ਹੀ ਡੈਲਟਾ ਵਾਲੀ ਖਬਰ ਸੁਣ ਕੇ ਬਹੁਤ ਹਿਰਦੇ ਦੀ ਖਬਰ ਆਈ, ਏਦਾਂ ਹਾਦਸੇ ਬਹੁਤ ਜ਼ਿਆਦਾ ਦੁੱਖ ਦਿੰਦੇ ਆ। ਦੂਜੀ ਗੱਲ ਜਿਹੜਾ ਦੂਜਾ ਇਸ਼ੂ ਤੁਹਾਡਾ, ਇਹ ਪਾਪੂਲੇਸ਼ਨ ਜਿਵੇਂ ਜਿਵੇਂ ਦਿਨ ਬ ਦਿਨ ਵੱਧ ਰਹੀ ਆ, ਵਾਕਈ ਜੁਡੀਸ਼ੀਅਲੀ ਜਿਹੜੀ ਆ ਉਹਨੂੰ ਓਵਰਆਲ ਕਰਨ ਦੀ ਜ਼ਰੂਰਤ ਹੈ। ਕਾਨੂੰਨਾਂ ਦਾ ਫਾਇਦਾ ਲੈ ਕੇ ਅਪਰਾਧਿਕ ਜਿਹੜੀ ਸੋਚ ਵਾਲੇ ਲੋਕ ਆ ਉਹ ਕੋਈ ਨਾ ਕੋਈ ਸਕੀਮ ਲਾ ਹੀ ਜਾਂਦੇ ਆ ਜੀ। ਇੱਥੇ ਬਹੁਤ ਜਗ੍ਹਾ ਵੇਖਿਆ, ਪਿੱਛੇ ਜੇ ਡਰੱਗ ਕੇਸ ਵਾਲਾ ਵੇਖਿਆ ਜੀ। ਇਸ ਕਰਕੇ ਜਿਹੜੇ ਆਮ ਸ਼ਹਿਰੀ ਆ ਜਾਂ ਉਹਨਾਂ ਲਈ ਤਾਂ ਦਿਨ ਬ ਦਿਨ ਖਤਰਾ ਥੋੜਾ ਜਿਹਾ ਵੱਧਦਾ ਹੀ ਜਾ ਰਿਹਾ ਜੀ ਇੱਥੇ। ਯੈਸ, ਤੇ ਬਾਕੀ ਟਰੱਕਰ ਭਾਈਚਾਰੇ ਨੂੰ ਇਹੀ ਕਹਿਣਾ ਚਾਹੁੰਦਾ ਵੀ ਇਹ ਜੋਬ ਜਿਹੜੀ ਆ ਹੁਣ ਆਪਾਂ ਦੇਖ ਹੀ ਲਿਆ ਜੀ, ਇਹ ਜੋਬ ਨੂੰ ਈਜੀ ਜੋਬ ਨਾ ਲਓ ਮੇਰੇ ਵੀਰ। ਟਰੱਕ ਦੀ ਜੋਬ ਨੂੰ ਈਜੀ ਲਈ ਜਾਂਦੇ ਸਾਰੇ, ਇਹਦੇ ਰੇਟ ਵੇਖ ਲਓ, ਹਰ ਚੀਜ਼ 'ਚ ਵੇਖ ਲਓ, ਸਹੂਲਤਾਂ 'ਚ ਵੇਖ ਲਓ, ਰਿਸਪੈਕਟ ਪੱਖੋਂ ਵੇਖ ਲਓ, ਥੱਲੇ ਲਾਇਆ ਪਿਆ ਅਤੇ ਆ ਬੰਦਾ ਮਿੰਟ ਲੱਗਦਾ ਜੀ ਹੱਥੋਂ ਤਿਲਕ ਜਾਂਦਾ ਜੀ। ਬਿਲਕੁਲ, ਇਸ ਕਰਕੇ ਇਹ ਥੋੜ੍ਹਾ ਜਿਹਾ ਇਸ 'ਤੇ ਵੀ ਧਿਆਨ ਦੇਣ ਦੀ ਲੋੜ ਆ। ਕੰਪਨੀਆਂ ਵਾਲੇ ਮਾਲਕ ਵੀ ਜਿਹੜੇ ਆ ਉਹਨਾਂ ਨੂੰ ਵੀ ਕਹਿਣਾ ਵੀ ਬਸ ਬਹੁਤ ਬਣਾ ਲਏ ਪੈਸੇ, ਬਹੁਤ ਵੱਡੇ ਜਾੜ ਲੈ ਲਏ ਆ, ਮਿਹਰ ਕਰੋ ਥੋੜ੍ਹੀ ਜਿਹੀ, ਥੋੜ੍ਹੇ ਜਿਹੇ ਰੇਟ ਰੂਟ ਡਰਾਈਵਰਾਂ ਨੂੰ ਮਾੜਾ ਜਿਹਾ ਦਿਓ, ਤਾਂ ਕਿ ਜੇ ਬੰਦਾ ਹੁਣ ਚੱਲੇ ਗਿਆ ਹੱਥੋਂ ਵੇਖ ਲਿਓ, ਹੈਂਡ ਟੂ ਮਾਊਥ ਜਿਹੜਾ ਚੱਲ ਰਿਹਾ ਜੀ, ਹੁਣ ਪਰਿਵਾਰ ਦਾ ਕੀ ਹਾਲ ਹੋਣਾ ਜੀ, ਹੰਝੂ ਨਿਕਲ ਰਿਹਾ ਜੀ। ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ। ਨਾਲ ਹੁਣ ਉੱਗੇ ਵਕੀਲ ਜੋਸ਼ੀ ਜੀ ਨੇ, ਪਵਨ ਜੋਸ਼ੀ ਜੀ ਪਟਿਆਲੇ ਤੋਂ ਨੇ ਉਹ, ਤੇ ਇੱਥੇ ਲਾਅ ਦੀ ਪ੍ਰੈਕਟਿਸ ਕਰਦੇ ਆ, ਕ੍ਰਿਕਟ ਦੇ ਉਹ ਪ੍ਰੇਮੀ ਨੇ। ਕੱਲ ਉਹਨਾਂ ਨਾਲ ਮੈਂ ਗੱਲ ਸੈੱਟ ਕੀਤੀ ਸੀ, ਉਹਨਾਂ ਦੇ ਤੋਂ ਵੀ ਇਹਦੇ ਬਾਰੇ ਕੁਛ ਮੈਂ ਪੁੱਛਣਾ ਚਾਹੁੰਦਾ ਕਿ ਇਹ ਅਦਾਲਤਾਂ ਦੇ ਵਿੱਚ ਡਿਲੇ ਕਰਕੇ ਟਰਾਇਲ ਕਿਵੇਂ ਲੋਕ ਬਰੀ ਹੁੰਦੇ। ਪਰ ਪਹਿਲਾਂ ਜਿਸ ਲਈ ਉਹਨਾਂ ਨੂੰ ਫੋਨ ਕੀਤਾ ਉਹ ਇਹ ਸੀ ਕਿ ਡੈਲਟਾ ਦੇ ਵਿੱਚ ਪਹਿਲੀ ਪਿੱਚ ਜਿਹੜੀ ਕ੍ਰਿਕਟ ਦੀ ਉਹ ਬਣੀ ਆ, ਹੁਣ ਡੈਲਟਾ ਦੇ ਵਿੱਚ ਕ੍ਰਿਕਟ ਖੇਡਣ ਵਾਲੇ ਇਕੱਠੇ ਹੁੰਦੇ ਆ। ਸੋ ਉਹਨਾਂ ਨੂੰ ਮੈਂ ਪੁੱਛਾਂਗਾ ਕਿ ਇਹ ਕਿੱਥੇ ਬਣੀ, ਇਹਨੂੰ ਬਣਾਉਣ ਪਿੱਛੇ ਕਿੰਨੀ ਮਿਹਨਤ ਹੋਈ, ਕੀ ਹੋਇਆ। ਮੇਰੇ ਨਾਲ ਵਕੀਲ ਜੋਸ਼ੀ ਜੀ ਨੇ। ਵਕੀਲ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਲਈ। ਥੈਂਕ ਯੂ ਜੀ। ਜੋਸ਼ੀ ਸਾਹਿਬ, ਇਹ ਪਿੱਚ ਕਿੱਥੇ ਬਣੀ ਹੈ ਜੀ? ਡੈਲਟਾ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਇਹਦੇ ਲਈ ਬੜੀ ਜਦੋਜਹਿਦ ਤੁਸੀਂ ਕੀਤੀ ਤੇ ਫਾਈਨਲੀ ਇਹ ਬਣਾ ਲਈ ਫਿਰ। ਹਾਂਜੀ ਗਿੱਲ ਸਾਹਿਬ, ਇਹ ਬਣੀ ਹੈ ਜੀ ਆਪਣੇ ਡੈਲਵਿਊ ਪਾਰਕ ਦੇ ਵਿੱਚ, 116 ਤੇ 92 ਐਵਨਿਊ ਤੇ ਡੈਲਟਾ ਚ। ਇਹਦੇ ਚ ਅਸੀਂ ਕਈ ਸਾਲ ਤੋਂ, 4-5 ਸਾਲ ਤੋਂ ਲਗਾਤਾਰ ਸਿਟੀ ਆਫ ਡੈਲਟਾ ਨਾਲ ਕਰ ਰਹੇ ਸੀ ਅਸੀਂ ਫਾਲੋ ਅਪ, ਪਿੱਚ ਬਣਨੀ ਚਾਹੀਦੀ, ਗਰਾਊਂਡ ਬਣਨਾ ਚਾਹੀਦਾ ਕੋਈ ਡੈਲਟਾ ਦੇ ਵਿੱਚ, ਕਿਉਂਕਿ ਡੈਲਟਾ ਇੱਕ ਐਸਾ ਸਿਟੀ ਹੈ ਜਿਹਦੇ ਵਿੱਚ ਕੋਈ ਕ੍ਰਿਕਟ ਦਾ ਗਰਾਊਂਡ ਨਹੀਂ, ਕੋਈ ਕ੍ਰਿਕਟ ਦੀ ਪਿੱਚ ਨਹੀਂ, ਤੇ ਅਸੀਂ ਇਹਨਾਂ ਨੂੰ ਕਹਿ ਰਹੇ ਅਸੀਂ, ਮੈਂ ਥੋੜਾ ਕਲੈਰੀਫਾਈ ਕਰਦਾ, ਗਰਾਊਂਡ ਬਣਾਉਣਾ ਇੱਕ ਡਿਫਰੈਂਟ ਗੱਲ ਹੈ ਕ੍ਰਿਕਟ ਦੇ ਲਈ, ਅਸੀਂ ਸਿਰਫ, ਸਾਡੀ ਮੰਗ ਇਹ ਸੀ ਵੀ ਸਾਨੂੰ ਇੱਕ ਪਿੱਚ ਬਣਾ ਕੇ ਦੇ ਦਿਓ, 22 ਗਜ਼ ਜਗ੍ਹਾ ਚਾਹੀਦੀ ਹੈ ਸਾਨੂੰ,
ਓਹਦੇ ਤੇ ਸਰ ਤੁਸੀਂ ਆਪਣਾ ਸਾਨੂੰ ਸਰਫੇਸ ਕਰਕੇ ਤੇ ਓਹਦੇ ਤੇ ਆਪਣੀ ਮੈਟ ਲਾਉਣਾ ਸੀ, ਸਾਨੂੰ ਇੰਨੀ ਕੁ ਜਗ੍ਹਾ ਚਾਹੀਦਾ ਸੀ, ਕੋਈ ਤੁਹਾਡਾ ਬਾਕੀ ਗਰਾਊਂਡ ਤੁਹਾਡਾ ਸਾਰਾ ਜਿਵੇਂ ਵੀ ਤੁਸੀਂ ਯੂਜ਼ ਕਰਦੇ ਹੋ ਯੂਜ਼ ਹੁੰਦਾ ਰਹੂਗਾ, ਪਰ ਓਹਦੇ ਲਈ ਵੀ ਸਾਨੂੰ ਕੋਈ ਨੀ ਪਰਮਿਸ਼ਨ ਨੀ ਮਿਲਦੀ ਸੀ ਉਹ ਕਰਨ ਲਈ। ਤੇ ਹੁਣ ਆਪਣਾ ਮੇਅਰ ਹਾਰਵੀ ਇਹਨਾਂ ਨੇ ਸਾਡਾ ਬੜਾ ਹੈਲਪ ਕੀਤੀ ਜੀ, ਤੇ ਪਰਮ ਗਰੇਵਾਲ ਸਿਟੀ ਆਫ ਡੈਲਟਾ ਚ ਕੰਮ ਕਰਦੇ ਨੇ, ਉਹਨਾਂ ਨੇ ਫਿਰ ਸਾਡੀ ਬਹੁਤ ਹੈਲਪ ਕੀਤੀ ਤੇ ਉਹਨਾਂ ਨੇ ਹੁਣ ਸਾਨੂੰ ਇਹ ਬਣਾ ਕੇ ਦਿੱਤੀ ਹੈ ਜੀ, ਪਿੱਚ ਬਣ ਗਈ ਡੈਲਟਾ ਦੇ ਵਿੱਚ ਪਹਿਲੀ ਪਿੱਚ ਹੈ ਜੀ। ਅੱਛਾ ਜੀ ਜੋਸ਼ੀ ਸਾਹਿਬ, ਇਹ ਇਹਦੇ ਚ ਢੁੱਚਰਾਂ ਕਈ ਵਾਰ ਬਹੁਤ ਡਾਹੀਆਂ ਲੋਕਾਂ ਨੇ, ਕਮਾਲ ਹੋ ਗਈ ਤੁਹਾਡੇ ਵਰਗੇ ਵਕੀਲ ਬੰਦੇ, ਜੇ ਤੁਹਾਡਾ ਇਹ ਪਿੜ ਪੱਲੇ ਨੀ ਦਫ਼ਤਰ ਵਾਲੇ ਪੈਣ ਦਿੰਦੇ, ਨੋਰਮਲ ਬੰਦੇ ਦਾ ਕੀ ਕਰਨਗੇ? ਇਹਦੇ ਚ ਮੁਸ਼ਕਿਲਾਂ ਕਦ ਕਦ ਆਈਆਂ, ਕਦ ਸ਼ੁਰੂ ਹੋਏ ਹੋ ਤੁਸੀਂ ਪਿੱਚ ਬਣਾਉਣ ਨੂੰ? ਇਹ ਤਾਂ ਜੀ 4-5 ਸਾਲ ਤੋਂ ਚੱਲ ਰਿਹਾ ਜੀ, ਪਹਿਲਾਂ ਆਪਣੇ ਮੇਅਰ ਸੀ ਲੋਇਸ ਜੈਕਸਨ, ਉਹਨਾਂ ਨੇ ਤਾਂ ਕੋਈ ਸਾਨੂੰ ਹੱਥ ਪੱਲੇ ਨੀ ਫੜਾਇਆ, ਉਹਨਾਂ ਨੇ ਕੁਛ ਨੀ ਸਾਡੀ ਪੁੱਛਿਆ, ਫਿਰ ਜਦੋਂ ਹੁਣ ਮੇਅਰ ਬਦਲੇ ਤਾਂ ਹੁਣ ਵੀ ਲੋਇਸ ਜੈਕਸਨ ਹੁਣ ਵੀ ਮੈਂਬਰ ਨੇ, ਉਹ ਹਲੇ ਵੀ ਉਹਨਾਂ ਦੀ ਇਹਦੇ ਪ੍ਰਤੀ ਕੋਈ ਬਹੁਤੀ ਹੈ ਨੀ ਗੀ ਅਪਰੋਚ ਸਹੀ ਵੀ ਬਣਨੀ ਚਾਹੀਦੀ, ਉਹਨਾਂ ਨੇ ਫਿਰ ਵੀ ਰੋਕਿਆ, ਰੋਕਣ ਦੀ ਕੋਸ਼ਿਸ਼ ਕੀਤੀ, ਬਟ ਮੇਅਰ ਹਾਰਵੀ ਇਹਨਾਂ ਨੇ ਕਾਫੀ ਇਹਨਾਂ ਸਾਨੂੰ ਸਹਿਯੋਗ ਦਿੱਤਾ, ਬਟ ਅਦਰਵਾਈਜ਼ ਜਿਹੜਾ ਉੱਥੇ ਉਹ ਵੱਡੀ ਓਬਜੈਕਸ਼ਨ ਜਿਹੜੀ ਲਾਈ ਜਾ ਰਹੀ ਸੀ, ਇਹ ਕਹਿੰਦੇ ਵੀ ਉੱਥੇ ਬੇਸਬਾਲ ਦੇ ਗਰਾਊਂਡ ਹੈ, ਬੇਸਬਾਲ ਦੇ ਦੋ ਡਾਇਮੰਡ ਨੇ, ਅਸੀਂ ਉਹਨਾਂ ਨੂੰ ਕਿਹਾ ਵੀ ਬੇਸਬਾਲ ਦੇ ਦੋ ਡਾਇਮੰਡ ਨੇ ਤਾਂ ਉਹ ਉੱਥੇ ਬੇਸਬਾਲ ਦੀ ਜਿਹੜੀ ਥੋੜੀ ਚੱਲਦੀ ਚੱਲੀ ਜਾਊਗੀ, ਸਾਨੂੰ ਕੋਈ ਫਰਕ ਨੀ ਪੈਂਦਾ, ਸਾਨੂੰ ਸਿਰਫ 22 ਗਜ਼ ਜਗ੍ਹਾ ਚਾਹੀਦੀ ਵਿੱਚ, ਅਸੀਂ ਉਹਦੇ ਵਿੱਚ ਆਪਣੇ ਪਿੱਚ ਬੰਨੀ ਹੈ, ਗਰਾਊਂਡ ਸਾਰਾ ਚਾਹੇ ਸੋਕਰ ਲਈ ਯੂਜ਼ ਕਰੋ ਤੁਸੀਂ, ਚਾਹੇ ਬੇਸਬਾਲ ਲਈ ਯੂਜ਼ ਕਰੋ, ਸਾਰੇ ਲਈ ਯੂਜ਼ ਹੋਣਾ ਹੈ, ਬਟ ਬੇਸਬਾਲ ਵਾਲੇ ਜਿਹੜਾ ਗਰੁੱਪ ਹੈਗਾ ਉਹਨਾਂ ਨੇ ਬੜੀਆਂ ਇਹਦਾ ਪਟੀਸ਼ਨ ਫਾਈਲ ਕਰਤੀ, ਇਹਦੇ ਚ ਆਪਣੇ ਅੱਗੇ ਓਬਜੈਕਸ਼ਨ ਕੰਪਲੇਂਟ ਦੇ ਕਿਉਂ ਆ ਰਹੇ ਨੇ ਕ੍ਰਿਕਟ ਵਾਲੇ, ਤੇ ਬੜੀ ਮਨ ਤਾਂ ਆਪਣੇ ਉੱਥੇ ਸਾਰੇ ਬੱਚੇ ਕਿਤੇ ਖੇਲਦੇ ਸੀ, ਆਪਣਾ ਗਰਾਊਂਡ ਚ ਜਾਂਦੇ ਨੇ ਖੇਲਣ, ਉਹ ਖੇਡ ਦੂਸਰੀ ਬਾਲ ਨਾਲ ਖੇਡਦੇ ਸੀ ਆਪਣੀ ਜਿਹੜੀ ਟੈਨਿਸ ਬਾਲ ਨਾਲ, ਪਰ ਹੁਣ ਸਾਰੇ ਇਹ ਸਾਰੇ ਦੇ ਲਈ ਯੂਜ਼ ਹੋ ਸਕਦਾ ਪਾਰਕ ਇਹ। ਹਾਂ ਬਿਲਕੁਲ, ਗੋਰੇ ਲੋਕ ਵੀ ਕ੍ਰਿਕਟ ਖੇਡਦੇ ਹੀ ਹੈ, ਇਕੱਲੇ ਪੰਜਾਬੀ ਜਾਂ ਅਸੀਂ ਭਾਰਤੀ ਤਾਂ ਨੀ ਖੇਲਦੇ, ਸਾਰੇ ਖੇਲਦੇ ਆ। ਹਾਂਜੀ ਹਾਂਜੀ ਸਾਰੇ ਖੇਲਦੇ ਨੇ ਜੀ, ਪਰ ਇਹਦੇ ਚ ਹੁਣ ਇਹ ਐਕਸਕਲੂਸਿਵਲੀ ਕਹਿ ਦੇਣਾ ਵੀ ਇਹ ਤਾਂ ਸਿਰਫ ਸਾਡੇ ਲਈ, ਸਾਨੂੰ ਸਾਡੇ ਲਈ ਬੜੀ ਹੈਜ਼ਰਡਸ ਹੋਣਗੇ, ਸਾਡੇ ਲਈ ਅਸੀਂ ਆਪਣੇ ਬੇਸਬਾਲ ਦੇ ਖਿਡਾਰੀਆਂ ਦਾ ਕਹਿਣਾ ਵੀ ਸਾਡਾ ਕਲੱਬ ਸਾਨੂੰ ਅਸੀਂ ਪ੍ਰੈਕਟਿਸ ਨੀ ਕਰ ਸਕਦੇ, ਅਸੀਂ ਖੇਡ ਨੀ ਸਕਦੇ, ਔਰ ਹਾਲਾਂਕਿ ਸਿਟੀ ਆਫ ਸਰੀ ਚ ਕਿੰਨੇ ਗਰਾਊਂਡ ਸੀ ਜਿੱਥੇ ਚੱਲਦਾ ਜੀ, ਏਦਾਂ ਹੀ ਬੇਸਬਾਲ ਵੀ ਚੱਲਦੀ ਹੈ, ਕ੍ਰਿਕਟ ਵੀ ਚੱਲਦੀ ਹੈ, ਕੋਈ ਪ੍ਰੋਬਲਮ ਨੀ। ਫਿਰ ਉਹਨਾਂ ਨੇ ਇੱਥੋਂ ਤੱਕ ਦੇਖੋ ਗਿੱਲ ਸਾਹਿਬ, ਜਦੋਂ ਬਣ ਗਈ ਵਿੱਚ ਫਿਰ ਕਹਿੰਦੇ ਵੀ ਇਹਦੇ ਜਿਹੜੇ ਸਾਈਡਾਂ ਤੋਂ ਅਸੀਂ ਘਾ ਲਾਇਆ ਇਹ ਸਹੀ ਨੀ ਲੱਗਿਆ ਹੈ, ਇਹਦੇ ਵਿੱਚ ਪਲੇਅਰ ਸਾਡੇ ਫਸ ਕੇ ਪੈਰ ਗਿਰੂਗਾ, ਇਹ ਗਿਰਨਗੇ, ਇਹਨਾਂ ਸੱਟਾਂ ਲੱਗਣਗੀਆਂ, ਇਹਦੇ ਲਾਇਬਿਲਿਟੀ ਇਸ਼ੂਜ਼ ਨੇ, ਇਹ ਤੁਸੀਂ ਸਾਨੂੰ ਲਿਖ ਕੇ ਦਿਓ ਵੀ ਇੱਥੇ ਸਾਡਾ ਪਲੇਅਰ ਕੋਈ ਇੱਥੇ ਸੱਟ ਲੱਗ ਗਈ ਤੁਸੀਂ ਜ਼ਿੰਮੇਵਾਰ ਹੋ। ਕਮਾਲ ਹੋ ਗਈ, ਘਾ ਦੇ ਵਿੱਚ ਅੜਖ ਕੇ ਵੀ ਡਿੱਗਦਾ ਕੋਈ, ਦੇਖ ਲਓ। ਅੱਛਾ ਜੋਸ਼ ਸਾਹਿਬ, ਮੈਂ ਇੱਕ ਕੇਸ ਬਾਰੇ ਗੱਲਬਾਤ ਕਰ ਰਿਹਾ ਸੀ ਅੱਜ, ਖੈਰ ਮੈਂ ਤੁਹਾਨੂੰ ਉਹ ਕੇਸ ਬਾਰੇ ਸਪੈਸਿਫਿਕ ਤਾਂ ਤੁਸੀਂ ਨਾ ਬੋਲੇ ਹੋ, ਕਿਉਂਕਿ ਉਹ ਪੂਨੀ ਸਿਸ ਦਾ ਕੇਸ ਸੀ, ਉਹਨਾਂ ਦਾ ਕਨਵਿਕਟ ਕੀਤਾ ਹੋਇਆ ਫਸਟ ਕਜ਼ਨ, ਅੱਜ ਸੁਪਰੀਮ ਕੋਰਟ ਨੇ ਕੱਲ ਸੋਮਵਾਰ ਨੂੰ ਪਿਛਲੇ ਨੂੰ ਵਰੀ ਕਰਤਾ ਕਿ ਇਹਦੇ ਚ ਸਮਾਂ ਬਹੁਤ ਲੱਗਿਆ, ਜੋਰਡਨ ਵਾਲੇ ਕੇਸ ਦਾ ਪ੍ਰੈਸੀਡੈਂਟ ਸੈੱਟ ਕਰਕੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਬਈ ਇਹ ਸਮਾਂ ਡਿਲੇ ਚਾਰਜਸ ਤੋਂ ਟ੍ਰਾਇਲ ਆ ਜਿਹੜੀ ਉਹ 4 ਵਰ੍ਹਿਆਂ ਚ ਮੁੱਕਣੀ ਚਾਹੀਦੀ ਹੈ ਚਾਰਟ ਆਫ ਰਾਈਟਸ, ਤੇ ਫਿਰ ਹੁਣ ਸੁਪੀਰੀਅਰ ਕੋਰਟ ਦੇ 30 ਮਹੀਨੇ ਕਰਤੇ, ਲੋਅਰ ਕੋਰਟ ਦੇ 18 ਮਹੀਨੇ ਕਰਤੇ, ਇਹਦੇ ਹਿਸਾਬ ਨਾਲ ਤੁਸੀਂ ਇੱਕ ਵਕੀਲ ਹੋ ਜੀ, ਇਹ 30 ਮਹੀਨਿਆਂ ਦੇ ਵਿੱਚ ਤਾਂ ਪੁਲਿਸ ਚਾਰਜਸ ਵੀ ਨੀ ਲਾਉਂਦੀ ਜੀ, ਇਹਦੇ ਇਹ ਤਾਂ ਕ੍ਰਿਮੀਨਲ ਤੋਂ ਲੋਕ ਨੇ ਜਿਹੜੇ ਉਹ ਚਾਰਜਸ ਸਟੇ ਹੋਣ ਕਰਕੇ ਨਿਕਲ ਰਹੇ ਨੇ ਜੀ, ਤੁਸੀਂ ਵਕੀਲ ਦੇ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ, ਇਹ ਹੋ ਕੀ ਰਿਹਾ ਜੀ ਇਹ ਕੈਨੇਡਾ ਦੇ ਵਿੱਚ ਵੀ ਕੋਰਟਸ ਨੇ ਜਿਹੜੀਆਂ ਬਿਜ਼ੀ ਬਹੁਤ ਨੇ ਤਾਂ ਹੋ ਰਿਹਾ ਜੀ? ਨਹੀਂ ਗਿੱਲ ਸਾਹਿਬ, ਕੋਰਟਸ ਦਾ ਬਿਜ਼ੀ ਹੋਣਾ ਇੱਕ ਰੀਜ਼ਨ ਨਹੀਂ ਜ਼ਿਆਦਾ, ਬਟ ਇਹਦੇ ਇਨਵੈਸਟੀਗੇਸ਼ਨ ਜ਼ਿਆਦਾ ਮੋਸਟ ਆਫ ਦਾ ਟਾਈਮ ਤੇ ਹੁੰਦਾ ਹੈ ਵੀ ਪੁਲਿਸ ਆਪਣੀ ਇਨਵੈਸਟੀਗੇਸ਼ਨ ਜ਼ਿਆਦਾ ਟਾਈਮ ਨਹੀਂ ਟਾਈਮ ਜ਼ਿਆਦਾ ਲੈ ਲੈਂਦੀ ਹੈਗੀ, ਤੇ ਜਾਂ ਉਸ ਤੋਂ ਬਾਅਦ ਫਿਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਵੀ ਜਿਹਦੇ 'ਚ ਸਾਨੂੰ ਹਲੇ ਹੋਰ ਗਵਾਹ ਚਾਹੀਦੇ ਨੇ ਜਾਂ ਸਾਨੂੰ ਐਵੀਡੈਂਸ ਹੋਰ ਕਲੈਕਟ ਕਰਨ ਲਈ ਟਾਈਮ ਚਾਹੀਦਾ ਉਹ, ਪਰ ਇਹ ਜਦੋਂ ਕਿ ਐਟ ਦਾ ਸੇਮ ਟਾਈਮ ਇਨਵੈਸਟੀਗੇਟਰਸ ਨੂੰ ਜਾਂ ਪੁਲਿਸ ਜਿਹੜੇ ਵੀ ਇਨਵੋਲਵ ਹੁੰਦੇ ਨੇ ਅਫਸਰ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੇਸ ਕੋਈ ਨਵਾਂ ਕੇਸ ਨਹੀਂ, ਜੋਰਡਨ ਦਾ ਪ੍ਰੈਸੀਡੈਂਟ ਬਹੁਤ ਪੁਰਾਣਾ ਸੈੱਟ ਹੋਇਆ ਹੋਇਆ, ਹੁਣ ਟਾਈਮ ਦਾ ਵੀ ਧਿਆਨ ਰੱਖਣਾ ਚਾਹੀਦਾ ਤੇ ਪਰ ਇਹ ਟਾਈਮ ਦਾ ਪਤਾ ਨੀ, ਇਹ ਇੱਕ ਬੜੀ ਅਨਫੋਰਚੁਨੇਟ ਗੱਲ ਹੈ ਜੀ ਵੀ ਟਾਈਮਲੀ ਮੈਨਰ ਦੇ ਵਿੱਚ ਤੁਸੀਂ ਕਿਉਂ ਨੀ ਇਨਵੈਸਟੀਗੇਸ਼ਨ ਕੰਪਲੀਟ ਕਰਦੇ, ਕਿਉਂ ਤੁਸੀਂ ਚਾਰਜਸ ਫਰੇਮ ਨੀ ਹੁੰਦੇ, ਕਿਉਂ ਕੇਸ ਪ੍ਰੋਪਰ
ਆਪਣੇ ਨਹੀਂ ਜਾਂਦਾ ਜੱਜ ਦੇ ਸਾਹਮਣੇ, ਇੱਕ ਬੜੀ ਮਨਭਾਗੀ ਗੱਲ ਹੈਗੀ ਕਿਉਂਕਿ ਇਹਦੇ ਨਾਲ ਕਿਉਂਕਿ ਮੈਰਿਟ ਤੇ ਨੀ ਡਿਸਾਈਡ ਹੋ ਰਹੇ ਹੁਣ ਕੇਸ, ਵੀ ਸਿਰਫ ਇਸ ਕਰਕੇ ਵੀ ਉਹਨੂੰ ਚਾਰਟਰ ਰਾਈਟ ਦੀ ਉਲੰਘਣਾ ਹੋਈ ਹੈ, ਉਸ ਕਰਕੇ ਬਰੀ ਹੋ ਗਿਆ। ਬਿਲਕੁਲ ਜੀ, ਕਨਵਿਕਟ ਕੀਤਾ ਹੋਇਆ ਬੰਦਾ ਸਾਲ ਬਾਅਦ ਬਰੀ ਹੋ ਗਿਆ, ਤੇ ਉਹ ਬੱਚੀਆਂ ਜਿਹੜੀ ਉਹਨਾਂ ਦੀ ਬਚਪਨ ਜਿਹੜਾ ਹੁਣ ਵੱਡੀਆਂ ਹੋਈਆਂ, ਬਚਪਨ ਉਹਨਾਂ ਦਾ ਸਾਰਾ ਜਿਹੜਾ ਮਧੋੜਿਆ ਗਿਆ, ਫਿਰ ਉਹਨਾਂ ਨੇ ਇੱਕ ਡਾਕੂਮੈਂਟਰੀ ਉਹਦੀ ਫਿਲਮ ਵੀ ਬਣਾਈ। ਤੁਹਾਨੂੰ ਪਤਾ ਪੰਜਾਬੀ ਆਪਣੇ ਸਮਾਜ ਦੇ ਵਿੱਚ ਇਸ ਤਰ੍ਹਾਂ ਗੱਲ ਬਾਹਰ ਹੋ ਜਾਣੀ, ਜ਼ਿੰਦਗੀ ਉਵੇਂ ਉਥਲ ਪੁਥਲ ਹੋ ਜਾਂਦੀ ਆ, ਪਰ ਇਵੈਂਚੁਅਲੀ ਜਿਹੜਾ ਇਹਦੇ ਵਿੱਚ ਜਿਸ ਨੇ ਸਾਰਾ ਕੁਛ ਕੀਤਾ ਉਹ ਅਦਾਲਤ ਦੇ ਵਿੱਚੋਂ ਬਾਹਰ ਨਿਕਲ ਗਿਆ। ਤਾਂ ਇਹਦੇ ਚ ਮੈਨੂੰ ਲੱਗਦਾ ਕੁਛ ਚੇਂਜਸ ਆਉਣੀਆਂ ਚਾਹੀਦੀਆਂ ਜੀ। ਪ੍ਰੈਸੀਡੈਂਟ ਤਾਂ ਸੈੱਟ ਹੁੰਦੇ ਰਹਿੰਦੇ ਨੇ, ਤੁਹਾਡੇ ਕੇਸਾਂ ਦੇ ਪ੍ਰੈਸੀਡੈਂਟ ਦੇ ਉੱਪਰ ਹੀ ਜਿੱਤਦੇ ਨੇ ਲੋਇਰਸ, ਬਹੁਤ ਜ਼ਿਆਦਾ ਇਹਦੇ ਤੇ ਜਿਹੜਾ ਕੰਮ ਕਰਦੇ ਆ, ਤੇ ਪਰ ਇਹ ਹੈਰਾਨੀ ਦੀ ਗੱਲ ਹੋਈ ਆ ਜੀ ਅੱਜ ਜਿਹੜੀ ਇਹ ਖਬਰ ਆਈ। ਹਾਂਜੀ ਗਿੱਲ ਸਾਹਿਬ, ਇਹਦੇ ਚ ਇੱਕ ਮਿਨਿਸਟਰੀ ਨੂੰ ਵੀ ਸੋਚਣਾ ਪੈਣਾ, ਮਿਨਿਸਟਰੀ ਨੂੰ ਆਪਣੇ ਸਖ਼ਤ ਹਦਾਇਤਾਂ ਲੈਣੀਆਂ ਪੈਣੀਆਂ ਨੇ ਵੀ ਤੁਸੀਂ ਇਹਦੇ ਚੋਂ ਟਾਈਮ ਦਾ ਪੂਰਾ ਧਿਆਨ ਰੱਖਿਆ ਜਾਵੇ, ਕਿਉਂਕਿ ਜਿਹੜਾ ਪਹਿਲੀ ਗੱਲ ਹੈ ਵੀ ਆਪਣੀ ਜਿਹੜਾ ਵੀ ਹੈ ਸਿਸਟਮ ਦੀ ਇੰਟੈਗ੍ਰਿਟੀ ਨੂੰ ਮੇਨਟੇਨ ਕਰਨਾ ਪਹਿਲਾਂ ਕਰਨਾ ਹੈਗਾ, ਵੀ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ, ਕਿਸੇ ਨਾਲ ਧੱਕਾ ਹੋਇਆ ਜਾਂ ਇਨਜਸਟਿਸ ਹੋਇਆ ਤਾਂ ਉਹਨੂੰ ਲੱਗੇ ਵੀ ਮੈਨੂੰ ਇਨਸਾਫ਼, ਮੈਨੂੰ ਸਿਸਟਮ ਤੋਂ ਇਨਸਾਫ਼ ਮਿਲੂਗਾ, ਮੈਨੂੰ ਇਸ ਸਿਸਟਮ ਤੇ ਉਮੀਦ ਹੈ ਵੀ ਸਿਸਟਮ ਮੇਰੇ ਨਾਲ ਇਨਸਾਫ਼ ਕਰੂਗਾ, ਮੈਨੂੰ ਇਨਸਾਫ਼ ਦਊਗਾ। ਤੇ ਜੇ ਲੋਕਾਂ ਦਾ ਇਸ ਸਿਸਟਮ ਤੋਂ ਵਿਸ਼ਵਾਸ ਉੱਠਣ ਲੱਗ ਗਿਆ, ਫਿਰ ਤਾਂ ਆਪਾਂ ਇਸ ਸਿਸਟਮ ਕਰਕੇ ਤਾਂ ਇੱਥੇ ਬੈਠੇ ਹਾਂ ਜੀ। ਬਿਲਕੁਲ ਬਿਲਕੁਲ, ਗੱਲ ਬਹੁਤ ਵਧੀਆ ਗੱਲ ਕੀਤੀ ਹੈ, ਫਿਰ ਤਾਂ ਆਪਣੇ ਕੋਲ ਰਿਹਾ ਹੀ ਕੱਖ ਨੀ ਜੀ, ਇਹਦੇ ਕਰਕੇ ਤਾਂ ਆਏ ਹੋਏ ਆ। ਬਿਲਕੁਲ, ਵਕੀਲ ਸਾਹਿਬ ਤੁਹਾਡੇ ਸਮੇਂ ਲਈ ਧੰਨਵਾਦ। ਪਵਨ ਜੋਸ਼ੀ ਜੀ ਪਟਿਆਲੇ ਤੋਂ ਨੇ ਤੇ ਰੰਗ ਮੰਚ ਨਾਲ ਬਹੁਤ ਜੁੜੇ ਰਹੇ ਨੇ ਤੇ ਇੱਕ ਤਜਰਬੇਕਾਰ ਵਕੀਲ ਨੇ। ਥੈਂਕ ਯੂ ਬਾਈ ਜੀ, ਥੈਂਕ ਯੂ ਸੋ ਵੈਰੀ ਮਚ ਫਾਰ ਯੋਰ ਟਾਈਮ। ਥੈਂਕ ਯੂ ਗਿੱਲ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।